ਪਿਆਰੇ ਵਿਦਿਆਰਥੀਓ ਪਿਛਲੇ ਦਿਨੀ ਅਸੀਂ ਸਕੂਲ ਦੇ YouTube ਚੈਨਲ ਦੇ ਰਾਹੀਂ 10+2 ਬਾਇਓਲੋਜੀ ਦੇ ਯੂਨਿਟ 1 ਦਾ ਫਰਸਟ ਚੈਪਟਰ ਰੀਪ੍ਰੋਡਕਸ਼ਨ ਇਨ ਆਰਗਾਨਿਜ਼ਮ ਡਿਸਕਸ ਕੀਤਾ ਮੈਂ ਤੁਹਾਡੇ ਨਾਲ ਇਹ ਚੈਪਟਰ ਅਲੱਗ-ਅਲੱਗ ਚਾਰ ਲੈਕਚਰਸ ਦੇ ਨਾਲ ਡਿਸਕਸ ਕੀਤਾ ਤੁਸੀਂ ਸਾਰਿਆਂ ਨੇ ਉਹਨਾਂ ਦੀਆਂ ਵੀਡੀਓਜ਼ ਵੇਖੀਆਂ ਵੀਡੀਓਜ਼ ਵੇਖਣ ਤੋਂ ਬਾਅਦ ਤੁਹਾਡਾ ਇੱਕ ਆਨਲਾਈਨ ਟੈਸਟ ਕੰਡਕਟ ਕੀਤਾ ਗਿਆ ਇਸ ਆਨਲਾਈਨ ਟੈਸਟ ਦੇ ਵਿੱਚ ਹੁਣ ਤੱਕ 133 ਵਿਦਿਆਰਥੀ ਆਪਣਾ ਰਿਸਪਾਂਸ ਦੇ ਚੁੱਕੇ ਹੈ ਪਰ ਇਨ ਸਟੂਡੈਂਟਸ ਦੇ ਰਿਸਪਾਂਸ ਤੋਂ ਬਾਅਦ ਦੇ ਵਿੱਚ ਮੈਂ ਵੇਖਿਆ ਕਿ ਸਟੂਡੈਂਟਸ ਨੇ ਕੁਝ ਕੁਐਸਚਨਸ ਦੇ ਵਿੱਚ ਗਲਤੀਆਂ ਕੀਤੀਆਂ ਨੇ ਸੋ ਮੇਰਾ ਇਸ ਵੀਡੀਓ ਨੂੰ ਬਣਾਉਣ ਦਾ ਪਰਪਸ ਇਹ ਹੈ ਕਿ ਜਿਹੜੇ ਵੀ ਕੁਐਸਚਨਸ ਤੁਹਾਡੇ ਤੋਂ ਗਲਤ ਹੋਏ ਨੇ ਉਹਨਾਂ ਕੁਐਸਚਨਸ ਦੇ ਗਲਤ ਹੋਣ ਦੇ ਕੀ ਰੀਜ਼ਨ ਰਹੇ ਹੈ ਅੱਗੇ ਤੋਂ ਆਪਾਂ ਇਹ ਗਲਤੀਆਂ ਨਾ ਕਰੀਏ ਜੋ ਸ਼ੂਟਿੰਗ ਸ਼ੂਟਿੰਗ ਗਲਤੀਆਂ ਤੁਸੀਂ ਕੀਤੀਆਂ ਨੇ ਇਸ ਲਈ ਇਸ ਵੀਡੀਓ ਦੇ ਰਾਹੀਂ ਮੈਂ ਤੁਹਾਡੇ ਨਾਲ ਇਸ ਟੈਸਟ ਦੇ ਵਿੱਚ ਜਿੰਨੇ ਵੀ ਕੁਐਸਚਨਸ ਮੈਂ ਤੁਹਾਨੂੰ ਦਿੱਤੇ ਸੀ ਕਰਨ ਲਈ ਉਹ ਸਾਰੇ ਕੁਐਸਚਨ ਡਿਸਕਸ ਕਰਾਂਗਾ ਸਭ ਤੋਂ ਪਹਿਲਾਂ ਬਟਾ ਪਹਿਲਾ ਬਟਾ ਜੀ ਗੱਲ ਕਰੀਏ ਕਿ ਰਿਸਪੌਂਸ ਜੋ ਇਸ ਟੈਸਟ ਨੂੰ ਤੁਸੀਂ ਦਿੱਤਾ ਹੈ ਬੜਾ ਅੱਛਾ ਰਿਸਪੌਂਸ ਦਿੱਤਾ ਹੈ 133 ਵਿਦਿਆਰਥੀ 133 ਸਟੂਡੈਂਟਸ ਨੇ ਹੁਣ ਤੱਕ ਇਹ ਟੈਸਟ ਦਿੱਤਾ ਹੈ ਤੇ ਉਹਨਾਂ ਦਾ ਸਕੋਰ ਅੱਛਾ ਰਿਹਾ ਹੈ ਕੁਝ ਕੁ ਸਟੂਡੈਂਟਸ ਜਿਹੜੇ ਹੈਗੇ ਨੇ ਉਹਨਾਂ ਦਾ ਸਕੋਰ 16 ਤੱਕ ਵੀ ਪਹੁੰਚਿਆ ਹੈ 16 ਆਊਟ ਆਫ 16 ਤੇ ਜ਼ਿਆਦਾਤਰ ਸਟੂਡੈਂਟਸ ਦਾ ਜੇ ਅਸੀਂ ਸਕੋਰ ਦੇਖੀ ਤਾਂ ਉਹ ਮੀਡੀਅਨ ਰੇਂਜ ਦੇ ਵਿੱਚ ਦਿਖਾਈ ਦੇ ਰਿਹਾ ਹੈ ਪ੍ਰੰਤੂ ਬੇਟਾ ਜੇ ਅਸੀਂ ਇਨ੍ਹਾਂ ਲੈਕਚਰਸ ਨੂੰ ਧਿਆਨ ਨਾਲ ਸੁਨਿਆ ਹੋਵੇ ਤਾਂ ਮੇਰੇ ਸਾਰੇ ਕੁਐਸਚਨਸ ਇਨ੍ਹਾਂ ਲੈਕਚਰਸ ਦੇ ਵਿੱਚੋਂ ਸੀ ਇਸ ਕਰਕੇ ਮੈਂ ਕਿਤੇ ਨਾ ਕਿਤੇ ਮਹਿਸੂਸ ਕਰ ਰਹੇ ਹਾਂ ਕਿ ਜੋ ਕਮੀ ਰਹੀ ਹੈ ਉਹ ਕਮੀ ਇਹ ਹੈ ਕਿ ਸ਼ਾਇਦ ਤੁਸੀਂ ਪਹਿਲਾਂ ਚਾਰੋਂ ਲੈਕਚਰਸ ਨਹੀਂ ਵੇਖੇ ਤੇ ਫਿਰ ਜਿਹੜਾ ਹੈਗਾ ਤੁਸੀਂ ਸਿੱਧਾ ਹੀ ਟੈਸਟ ਦਿੱਤਾ ਹੋ ਸਕਦਾ ਹੈ ਕਿ ਜੇ ਪਹਿਲਾਂ ਚਾਰੋਂ ਲੈਕਚਰਸ ਧਿਆਨ ਨਾਲ ਸੁਨੇ ਹੁੰਦੇ ਤਾਂ ਆਪਣੀਆਂ ਇੰਨਾ ਜ਼ਿਆਦਾ ਗਲਤੀਆਂ ਨਾ ਹੁੰਦੀਆਂ ਸੋ ਇਹ ਕੁਝ ਸਟੂਡੈਂਟਸ ਨੇ ਜਿਨ੍ਹਾਂ ਨੇ ਆਪਣਾ ਰਿਸਪੌਂਸ ਸਬਮਿਟ ਕੀਤਾ ਹੈ ਇਸ ਤੋਂ ਬਾਅਦ ਦੇ ਵਿੱਚ ਬੇਟਾ ਜੀ ਗੱਲ ਕਰੀਏ ਕਿ ਡਿਸਟ੍ਰਿਕਟਸ ਦੀ ਤਾਂ ਡਿਸਟ੍ਰਿਕਟ ਵਾਈਜ਼ ਵੀ ਬੜਾ ਅੱਛਾ ਰੁਝਾਨ ਰਿਹਾ ਹੈ ਲਗਭਗ ਪੰਜਾਬ ਦੀਆਂ ਸਾਰੀਆਂ ਡਿਸਟ੍ਰਿਕਟਸ ਇਨਕਲੂਡਿੰਗ ਅੰਮ੍ਰਿਤਸਰ ਬਠਿੰਡਾ ਗੁਰਦਾਸਪੁਰ ਜਲੰਧਰ ਲੁਧਿਆਣਾ ਮਾਨਸਾ ਪਟਿਆਲਾ ਰੂਪਨਗਰ ਐਸਐਸ ਨਗਰ ਸੰਗਰੂਰ ਸੂਬ ਮੋਹਾਲੀ ਇਹਨਾਂ ਸਾਰੀਆਂ ਡਿਸਟ੍ਰਿਕਟਸ ਦੇ ਵਿੱਚੋਂ ਰਿਸਪਾਂਸ ਆਇਆ ਹੈ ਪਰ ਗ੍ਰਾਫ ਦੇ ਅਕੋਰਡਿੰਗਲੀ ਦੇਖਿਆ ਜਾਵੇ ਤਾਂ ਲੁਧਿਆਣਾ ਡਿਸਟ੍ਰਿਕਟ ਦੇ ਵਿੱਚੋਂ ਰਿਸਪਾਂਸ ਸਭ ਤੋਂ ਵੱਧ ਪ੍ਰਾਪਤ ਹੋਇਆ ਹੈ ਤਾਂ ਸਭ ਤੋਂ ਵੱਧ ਜਿਹੜਾ ਸਟੂਡੈਂਟਸ ਲੁਧਿਆਣਾ ਦੇ ਸਟੂਡੈਂਟਸ ਨੇ ਉਹਨਾਂ ਨੇ ਇਹ ਟੈਸਟ ਜਿਹੜਾ ਹੈਗਾ ਉਹ ਦਿੱਤਾ ਹੈ ਤਾਂ ਹੁਣ ਬੇਟਾ ਇਸ ਸਟੈਟਿਸ ਤੋਂ ਬਾਅਦ ਦੇ ਵਿੱਚ ਇਹ ਕੋਈ ਸਕੂਲ ਨੇ ਜਿਹੜਾ ਵਿੱਚ ਬੱਚਿਆਂ ਨੇ ਪੇਪਰ ਦਿੱਤਾ ਹੈ ਟੈਸਟ ਦਿੱਤਾ ਹੈ ਆਨਲਾਈਨ ਆਪਾਂ ਡਾਇਰੈਕਟਲੀ ਹੁਣ ਆ ਰਹੇ ਹਾਂ ਆਪਣੇ ਕੁਐਸਚਨਸ ਦੇ ਉੱਤੇ ਮੇਰੇ ਟੈਸਟ ਦਾ ਸਭ ਤੋਂ ਪਹਿਲਾ ਕੁਐਸਚਨ ਸੀ onion is propagated through its ਤਾਂ ਬੇਟਾ ਬੜਾ ਸਿੰਪਲ ਕੁਐਸਚਨ ਸੀ onion ਦੀ वेजिटेटिव ਪ੍ਰੋਪਿਗੇਸ਼ਨ ਦਾ ਜੋ ਮੈਥਡ ਹੈ ਜੋ ਉਹਦਾ वेजिटेटिव ਪ੍ਰੋਪਿਗੂਲ ਮੈਂ ਪੁੱਛਿਆ ਸੀ 78% ਸਟੂਡੈਂਟਸ ਨੇ ਇਸ ਦਾ ਸਹੀ ਆਨਸਰ ਦਿੱਤਾ ਹੈ ਤੇ ਇਸ ਦਾ ਸਹੀ ਆਨਸਰ ਹੈ ਬਲਬਸ ਜੀ ਬੇਟਾ ਹੁਣ ਬਾਕੀ ਸਾਰੀਆਂ ਆਪਸ਼ਨਸ ਅਸੀਂ ਵੇਖੀਏ ਰਾਈਜ਼ੋਮ ਕੌਮ ਟਿਊਬਰਸ ਤਾਂ ਅਸੀਂ ਬੜੀ ਈਜ਼ੀਲੀ ਇਹ ਆਪਸ਼ਨਸ ਓਮਿਟ ਕਰ ਸਕਦੇ ਹਾਂ ਕਿਉਂਕਿ ਸਾਨੂੰ ਸਾਰੇ ਅਨੀਆਂ ਅਲੱਗ-ਅਲੱਗ ਐਗਜ਼ਾਮਪਲਸ ਕੀਤੀਆਂ ਹੋਈਆਂ ਸੀ ਸੋ ਇੱਥੇ ਕੁਐਸਚਨ ਏ ਨਹੀਂ ਹੈ ਕਿ ਅਨੀਆਂ ਦਾ ਯਾਦ ਕਰ ਲੈਣਾ ਸਫੀਸ਼ੀਐਂਟ ਹੈ ਉਹ ਕੋਈ ਹੋਰ ਐਗਜ਼ਾਮਪਲ ਵੀ ਪੁੱਛ ਲੈਂਦਾ ਇਸ ਕਰਕੇ ਸਫੀਸ਼ੀਐਂਟ ਏ ਨਹੀਂ ਹੈ ਕਿ ਅਸੀਂ ਸਿਰਫ ਇੱਕ ਦਾ ਯਾਦ ਕਰ ਲਈਏ ਸਾਨੂੰ ਐਕਚੁਅਲ ਦੇ ਵਿੱਚ ਲੈਕਚਰ ਨੂੰ ਆਪਣੇ ਨੂੰ ਧਿਆਨ ਨਾਲ ਦੇਖਣਾ ਚਾਹੀਦਾ ਜੇ ਬਟਾ ਮੈਂ ਗੱਲ ਕਰਾਂ ਤਾਂ ਤੁਹਾਨੂੰ ਮੈਂ ਆਪਣੀ ਸਲਾਈਡ ਤੇ ਲੈ ਕੇ ਜਾਣਾ ਜਿਹੜੀ ਸਲਾਈਡ ਦੇ ਵਿੱਚੋਂ ਇਹ ਮੈਂ ਤੁਹਾਨੂੰ ਪਹਿਲਾਂ ਕਰਵਾਇਆ ਸੀ ਤਾਂ ਬੇਟਾ ਇਸ ਸਕਰੀਨ ਤੇ ਤੁਹਾਡੇ ਕੋਲੇ ਉਹ ਸਲਾਈਡ ਹੈ ਜਿਹੜੀ ਸਲਾਈਡ ਤੋਂ ਜਿਹੜਿਆ ਮੈਂ ਤੁਹਾਨੂੰ ਪੜਾਇਆ ਸੀ ਜਦੋਂ ਲੈਕਚਰ ਤਾਂ ਇਸ ਲੈਕਚਰ ਦੇ ਵਿੱਚ ਦੇਖੋ ਬੜਾ ਸੋਹਣਾ ਡਾਇਗਰਾਮੈਟਿਕਲੀ ਜਦੋਂ ਅਸੀਂ ਇਸ ਤਰੀਕੇ ਨਾਲ ਵੇਖ ਲੈਨੇ ਆ ਤਾਂ ਵੈਸੀ ਸਾਡੇ ਮਾਈਂਡ ਦੇ ਵਿੱਚ ਇੱਕ ਪਿਕਚਰ ਬਣ ਜਾਂਦੀ ਏ ਕਿ ਹਾਂ ਇਸ ਤਰ੍ਹਾਂ ਦੀ ਮੈਂ ਫੋਟੋ ਕਰ ਦੇਖੀ ਸੀ ਜਿਹਦੇ ਵਿੱਚ ਬਲਬਸ ਦੀ ਗੱਲ ਕੀਤੀ ਗਈ ਸੀ ਫਿਰ ਬਲਬਸ ਨੂੰ ਬੜੀ ਡਿਟੇਲ ਦੇ ਵਿੱਚ ਦੱਸਿਆ ਸੀ ਕਿ ਬਲਬਸ ਦੇ ਵਿੱਚ ਹੁੰਦਾ ਕੀ ਏ ਕਿ ਇੱਕ ਬੱਡ ਹੈਗਾ ਵਿਚ ਇਜ਼ ਸਰਾਊਂਡਡ ਬਾਇ ਫਲੈਸ਼ੀ ਸਕੀਲ ਲਾਈਕ ਲੀव्स ਤਸਕੀਲ लाइक ਲੀਵਸ ਨੇ ਮੈਂ ਤੁਹਾਨੂੰ ਡਾਇਗਰਾਮੈਟਿਕਲੀ ਐਸ ਵੈਲ ਐਸ ਇਹ ਸੀਡੀ ਹੈਗੀ ਐਕਚੁਅਲ ਪਿਕਚਰ ਲਗਾ ਕੇ ਤੁਹਾਨੂੰ ਦਿਖਾਇਆ ਸੀ ਤਾਂ ਬਟਾ ਸ਼ਾਇਦ ਤੁਸੀਂ ਉਸ ਨੂੰ ਧਿਆਨ ਨਾਲ ਨਹੀਂ ਵੇਖਿਆ ਚਲੋ ਜਿਹੜੇ ਸਟੂਡੈਂਟਸ ਆ ਵੀ ਗਲਤ ਹੋਇਆ ਹੈ ਤਾਂ ਉਹ ਸਟੂਡੈਂਟਸ ਇਸ ਨੂੰ ਅੱਗੇ ਤੋਂ ਧਿਆਨ ਦੇ ਵਿੱਚ ਰੱਖਣ ਕਿ ਬਲਬਸ ਜਿਹੜੇ ਹੈਗੇ ਨੇ ਉਹ ਵੈਜੀਟੇਟਿਵ ਪ੍ਰੋਪੀਗਿਊਲ ਨੇ ਇਨ ਕੇਸ ਆਫ ਅਨੀਅਨ ਇਸ ਤੋਂ ਨੈਕਸਟ ਬਟਾ ਆਪਣੇ ਕੋਲੇ ਕੁਐਸਚਨ ਸੀ ਵੈਨ ਅ ਸਕਾਈਨ ਇਸ ਗ੍ਰਾਫਟਰਡ ਟੂ ਸਟਾਕ ਦੋ ਕੁਆਲਿਟੀ ਆਫ ਦਾ ਫਰੂਟ ਪ੍ਰੋਡਿਊਸਡ ਵਿਲ ਬੀ ਡਿਟਰਮਾਈਨਡ ਬਾਈ ਜੀਨੋਟਾਈਪ ਆਫ ਤਾਂ ਬਟਾ ਇਸ ਦੇ ਵਿੱਚ ਬੜਾ ਕਲੀਅਰ ਬੜਾ ਸਿੰਪਲ ਕੁਐਸਚਨ ਬੰਦਾ ਹੈ ਇਹ ਬਟ ਫਿਰ ਵੀ ਮੈਂ ਦੇਖ ਰਿਹਾ ਹਾਂ ਕਿ ਸਿਰਫ 48% ਸਟੂਡੈਂਟਸ ਨੇ ਇਹ ਕੁਐਸਚਨ ਸਹੀ ਕੀਤਾ ਬਾਕੀ ਸਟੂਡੈਂਟਸ ਨੇ ਕੁਐਸਚਨ ਗਲਤ ਕਰਤਾ ਤਾਂ ਇੰਨੀ ਜ਼ਿਆਦਾ ਪਰਸੈਂਟੇਜ ਸਟੂਡੈਂਟਸ ਵੱਲੋਂ ਇਹ ਕੁਐਸਚਨ ਨੂੰ ਗਲਤ ਕਰਨ ਦਾ ਰੀਜ਼ਨ ਕੀ ਹੈ ਕਿਉਂਕਿ ਅਸੀਂ ਧਿਆਨ ਨਾਲ ਉਸ ਚੀਜ਼ ਨੂੰ ਸ਼ਾਇਦ ਸਮਝ ਨਹੀਂ ਸਕੇ ਹੋ ਸਕਦਾ ਹੈ ਕਿ ਅਸੀਂ ਲੈਕਚਰ ਕੱਲੇ ਸੁਨੇ ਹੋਣ ਨਾਲ ਪੈਨ ਨਾਲ ਲਿਖ ਕੇ ਆਪਣੇ ਨੋਟਸ ਨਾ ਪਰਪੇਅਰ ਕੀਤੇ ਹੋਣ ਕਿਉਂਕਿ ਜਦੋਂ ਤੱਕ ਅਸੀਂ ਕਿਸੇ ਚੀਜ਼ ਨੂੰ ਲਿਖ ਕੇ ਨਹੀਂ ਦੇਖ ਲੈਂਦੇ ਤਾਂ ਸਾਨੂੰ ਯਾਦ ਨਹੀਂ ਹੁੰਦਾ ਤਾਂ ਕਨਫਿਊਜ਼ਨ ਜਿੱਥੋਂ ਤੱਕ ਮੈਨੂੰ ਲੱਗਦਾ ਰਹੀ ਹੋਣੀ ਹੈ ਉਹ ਸਿਰਫ ਸਕਾਇਨ ਤੇ ਸਟਾਕ ਦੀ ਹੀ ਰਹੀ ਹੋਣੀ ਹੈ ਕਿ ਕਿਹੜਾ ਅੱਪਰ ਪਾਰਟ ਹੈ ਕਿਹੜਾ ਲੋਅਰ ਪਾਰਟ ਹੈ ਕਿਉਂਕਿ ਇਸ ਨੂੰ ਬੜੇ ਸਿੰਪਲ ਤਰੀਕੇ ਨਾਲ ਸਮਝਿਆ ਸੀ ਮੈਂ ਤੁਹਾਨੂੰ ਇਸ ਨੂੰ ਸਮਝਾਉਣ ਦੇ ਲਈ ਉਹ ਸਲਾਈਡ ਤੇ ਲੈ ਕੇ ਜਾਣਾ ਜਿੱਥੋਂ ਅਸੀਂ ਇਹ ਕੀਤਾ ਸੀ ਤਾਂ ਤੁਸੀਂ ਦੇਖੋ ਕਿ ਮੈਂ ਉਸ ਦਿਨ ਵੀ ਤੁਹਾਨੂੰ ਸਮਝਾਇਆ ਸੀ ਕਿ ਸਾਡੇ ਕੋਲ ਇੱਕ ਪਲਾਂਟ 1 ਹੈ ਇੱਕ ਹੈ ਪਲਾਂਟ 2 ਪਲਾਂਟ 1 ਜੋ ਹੈ ਉਸ ਦਾ ਸ਼ੂਟ ਸਿਸਟਮ ਬੜਾ ਵਧੀਆ ਵੈਲ ਡਿਵੈਲਪਡ ਸ਼ੂਟ ਸਿਸਟਮ ਹੈ ਡਿਜ਼ਾਇਰੇਬਲ ਟ੍ਰੀਟਸ ਨੇ ਸਾਡੇ ਡਿਜ਼ਾਇਰੇਬਲ ਫਲਰਸ ਨੇ ਫਰੂਟਸ ਨੇ ਮੇਰੀ ਕੁਐਸਚਨ ਦੀ ਡਿਮਾਂਡ ਕੀਤੀ ਹੈ ਕੁਐਸਚਨ ਦੀ ਡਿਮਾਂਡ ਇਹ ਹੈ ਕਿ ਸਾਨੂੰ ਜਿਹੜੇ ਹੈਗੇ ਨੇ ਫਰੂਟਸ ਚਾਹੀਦੇ ਨੇ ਫਰੂਟਸ ਨੂੰ ਡਿਸਾਈਡ ਕਰਨ ਵਾਲਾ ਪਾਰਟ ਕਿਹੜਾ ਹੈ ਤਾਂ ਡੈਫੀਨਿਟਲੀ ਗੱਲ ਹੈ ਕਿ ਫਰੂਟ ਨੂੰ ਡਿਸਾਈਡ ਕਰਨ ਵਾਲਾ ਪਲਾਂਟ 1 ਦਾ ਪਾਰਟ ਹੈ ਜਿਹੜਾ ਕਿ ਅੱਪਰ ਪਾਰਟ ਹੈਗਾ ਏਰੀਅਲ ਪਾਰਟ ਹੈਗਾ ਪਲਾਂਟ 2 ਦਾ ਤਾਂ ਸਿਰਫ ਤੇ ਸਿਰਫ ਮੈਂ ਰੂਟਸ ਲਈ ਲੈ ਰਹੇ ਆਂ ਸੋ ਇੱਕ ਲਾਰਜ ਰੂਟ ਸਿਸਟਮ ਜਿਹੜਾ ਇਸਦਾ ਸੀਗਾ ਡਿਜ਼ਾਇਰੇਬਲ ਟ੍ਰੇਟ ਪਲਾਂਟ 2 ਤੋਂ ਮੈਨੂੰ ਚਾਹੀਦਾ ਸੀ ਰੂਟ ਪਲਾਂਟ 1 ਤੋਂ ਮੈਨੂੰ ਚਾਹੀਦਾ ਸੀ ਫਲਰਸ ਫਰੂਟ ਸੋ ਪਲਾਂਟ 1 ਦਾ ਜਿਹੜਾ ਪਾਰਟ ਹੈਗਾ ਉਹ ਹੈ ਸਕਾਇਨ ਤੇ ਪਲਾਂਟ 2 ਦਾ ਪਾਰਟ ਜਿਹੜਾ ਹੈਗਾ ਉਹ ਕੀ ਹੈ ਸਟਾਕ ਇਟ ਮੀਨਸ ਇਹ ਗੱਲ ਬੜੀ ਕਲੀਅਰ ਹੋ ਜਾਂਦੀ ਹੈ ਸਾਨੂੰ ਕਿ ਜੇ ਸਾਨੂੰ ਚਾਹੀਦੇ ਨੇ ਡਿਜ਼ਾਇਰੇਬਲ ਫਰੂਟਸ ਤਾਂ ਫਰੂਟਸ ਦੇ ਲਈ ਏਰੀਅਲ ਪਾਰਟ ਮੀਨਸ ਕਿ ਸਕਾਈਨ ਰੋਲ ਪਲੇ ਕਰੇਗਾ ਸੋ ਬੜਾ ਸਿੰਪਲ ਕੁਸਚਨ ਇਸ ਦਾ ਬਣਦਾ ਸੀ ਇਸ ਕਰਕੇ ਜਿਹੜਾ ਇਹ ਤੁਹਾਡੇ ਕੋਲ ਕੁਸਚਨ ਸੋ ਇਸ ਕੁਸਚਨ ਦੇ ਵਿੱਚ ਬੜਾ ਕਲੀਅਰ ਜਿਹੜਾ ਹੈਗਾ ਇਹ ਆਪਣੇ ਕੋਲੇ ਆਨਸਰ ਆ ਰਿਹਾ ਸੀ ਆਨਸਰ ਜਿਹੜਾ ਸੀਗਾ ਸਾਡਾ ਆਪਸ਼ਨ B ਸੀ ਜੀ ਦੇ ਵਿੱਚ 948% ਸਟੂਡੈਂਟਸ ਨੇ ਸਹੀ ਕੀਤਾ ਜਿਹੜੇ ਸਟੂਡੈਂਟਸ ਦਾ ਕੁਸਚਨ ਗਲਤ ਹੋਇਆ ਮੈਂ ਉਮੀਦ ਕਰਦਾ ਹਾਂ ਕਿ ਇਸ ਐਕਸਪਲੇਨੇਸ਼ਨ ਤੋਂ ਬਾਅਦ ਚ ਉਹਨਾਂ ਦੇ ਯਾਦ ਵੀ ਆ ਗਿਆ ਹੋਵੇਗਾ ਤੇ ਉਹਨਾਂ ਨੂੰ ਪਤਾ ਵੀ ਲੱਗਿਆ ਹੋਵੇਗਾ ਕਿ ਉਹਨਾਂ ਦਾ ਕੁਸਚਨ ਕਿਉਂ ਗਲਤ ਹੋਇਆ ਤਾਂ ਹੁਣ ਅਸੀਂ ਨੈਕਸਟ ਕੁਸਚਨ ਦੀ ਮੂਵ ਕਰਦੇ ਹਾਂ ਵੈਜੀਟੇਟਿਵ ਪ੍ਰੋਪਿਗੇਸ਼ਨ ਇਨ ਮਿੰਟ ਅਕਰਸ ਵਾਈ ਤਾਂ ਇਸ ਦੇ ਵਿੱਚ ਬੇਟਾ ਜੇ ਅਸੀਂ ਵੈਸੀ ਵੀ ਇਸ ਨੂੰ ਦੇਖਿਆ ਜਾਵੇ ਕਿ ਆਫਸੈਟ ਹੈ ਜੀ ਰਾਈਜ਼ੋਮ ਹੈ ਰਨਰ ਹੈ ਮੈਂ ਇੰਨ ਸਾਰੇ ਨਹੀਂ ਐਗਜ਼ਾਮਪਲਸ ਕਰਵਾਈਆਂ ਹੋਈਆਂ ਸੋ ਇਸ ਦਾ ਕਰੈਕਟ ਆਨਸਰ ਜਿਹੜਾ ਹੈਗਾ ਉਹ ਸਕਰ ਹੈ ਕਿਵੇਂ ਸ਼ੱਕਰ ਹੈਗਾ ਮੈਂ ਵੈਸੇ ਸਾਰੇ ਨੂੰ ਐਕਸਪਲੇਨ ਕਰਤਾ ਪਰ ਇਹਦੇ ਲਈ ਮੈਂ ਐਡਵਾਈਸ ਕਰੂੰਗਾ ਕਿ ਜੇ ਤੁਹਾਨੂੰ ਨਹੀਂ ਕਲੀਅਰ ਹੋ ਰਿਹਾ ਤਾਂ ਸਾਡੀ ਜਿਹੜੀ ਹੈਗੀ ਹੈ ਇਸ ਦਾ ਲੈਕਚਰ ਜੋ 3C ਉਸ ਲੈਕਚਰ 3 ਦੇ ਵਿੱਚ ਦੁਬਾਰਾ ਜਾ ਕੇ ਧਿਆਨ ਦੇ ਨਾਲ ਦੇਖਣ ਕਿ ਸ਼ੱਕਰ ਦਾ ਕਿਵੇਂ ਹੈ ਮੈਂ ਉਸ ਨੂੰ ਵਿਕਟੋਰੀਅਲ ਬਹੁਤ ਵਧੀਆ ਜਿਹੜਾ ਹੈਗਾ ਉੱਥੇ ਤੁਹਾਨੂੰ ਐਕਸਪਲੇਨ ਕੀਤਾ ਹੋਇਆ ਸੋ ਤੁਸੀਂ ਉੱਥੇ ਜਾ ਕੇ ਇਸ ਕੁਐਸਚਨ ਦਾ ਆਨਸਰ ਜਿਹੜਾ ਚੈੱਕ ਕਰਨਾ ਹੈ ਇਸ ਤੋਂ ਬਾਅਦ ਚ ਨੈਕਸਟ ਕੁਐਸਚਨ ਸੀਗਾ ਬਨਾਣਾ ਇਸ ਵੈਜੀਟੇਟਿਵਲੀ ਪ੍ਰੋਪਿਗੇਟਿਡ ਬਾਏ ਤਾਂ ਇਸ ਕੁਐਸਚਨ ਦੇ ਵਿੱਚ ਬਹੁਤ ਸਾਰੇ ਸਟੂਡੈਂਟਸ ਦੀਆਂ ਕੁਐਰੀਜ਼ ਵੀ ਆਈਆਂ ਨੇ ਮੈਂ ਤੁਹਾਨੂੰ ਜਿਹੜਾ ਹੈਗਾ ਇਸ ਦਾ ਕਰੈਕਟ ਆਨਸਰ ਜਿਹੜਾ ਹੈਗਾ ਉਹ B ਦੇ ਵਿੱਚ ਹੈ ਕਾਮ ਬਟ ਇਸ ਦੇ ਵਿੱਚ 47% ਸਟੂਡੈਂਟਸ ਨੇ ਜਿਹੜਾ ਹੈਗਾ ਆਪਸ਼ਨ C ਲਈਆ ਰਾਈਜ਼ੋਮ ਸਿਰਫ 33 ਨੇ ਜਿਹੜੀ ਹੈਗੀ ਆਪਸ਼ਨ ਜਿਹੜੀ ਹੈਗੀ ਉਹ B ਲਈਆ ਕਾਮ ਤਾਂ ਇਸ ਦੇ ਵਿੱਚ ਬਟਾ ਦੋਨੋਂ ਕੁਐਸਚਨ ਦੇ ਆਨਸਰ ਠੀਕ ਬੰਦੇ ਕਾਮ ਵੀ ਰਾਈਜ਼ੋਮ ਵੀ ਆਫਸੈਟ ਤੇ ਰਨਰ ਜਿਹੜੇ ਹੈਗੇ ਨੇ ਬਿਲਕੁਲ ਗਲਤ ਨੇ ਤਾਂ ਇਹ ਜਿਹੜੇ ਕੁਐਸਚਨਸ ਦੇ ਆਨਸਰ ਜਿਹੜੇ ਦੋ ਕਿਉਂ ਆ ਰਹੇ ਨੇ ਇਹਦਾ ਕੀ ਰੀਜ਼ਨ ਹੈ ਇਸ ਨੂੰ ਮੈਂ ਇੱਥੇ ਜ਼ਰੂਰ ਐਕਸਪਲੇਨ ਕਰਨਾ ਚਾਹੂੰਗਾ ਕਿਉਂਕਿ ਜਦੋਂ ਅਸੀਂ ਉਸ ਦਿਨ ਲੈਕਚਰ ਲਿਆ ਸੀ ਤਾਂ ਉਸ ਲੈਕਚਰ ਦੇ ਵਿੱਚ ਜਿਹੜਾ ਹੈਗਾ ਮੈਂ ਤੁਹਾਨੂੰ ਇਸ ਦਾ ਕੌਮ ਹੀ ਦੱਸਿਆ ਸੀ ਰਾਈਜ਼ੋਮ ਨੂੰ ਜਿਹੜਾ ਹੈਗਾ ਉਹ ਨਹੀਂ ਸੀ ਦੱਸਿਆ ਤਾਂ ਉਹ ਕੀ ਕਿੱਥੇ ਫਰਕ ਹੈਗਾ ਜਿਹੜਾ ਹੈਗਾ ਇਜ਼ ਦਾ ਰਾਈਜ਼ੋਮ ਤੇ ਕੌਮ ਦੋਨੋਂ ਕਿਉਂ ਆ ਰਹੇ ਆ ਤਾਂ ਇਸ ਨੂੰ ਸਮਝਣ ਦੇ ਲਈ ਤੁਹਾਨੂੰ ਮੈਂ ਦੋ ਫੋਟੋਗ੍ਰਾਫਸ ਜਿਹੜੀਆਂ ਉਹ ਦਿਖਾਉਣਾ ਹੈ ਬੇਟਾ ਦੇਖੋ ਤੁਹਾਨੂੰ ਸਕਰੀਨ ਤੇ ਜਿਹੜਾ ਇਹ ਬਨਾਨਾ ਦਾ ਫੋਟੋਗ੍ਰਾਫ ਦਿਖ ਰਿਹਾ ਹੈ ਇਸ ਫੋਟੋਗ੍ਰਾਫ ਦੇ ਵਿੱਚ ਜਿਹੜਾ ਹੈਗਾ ਕੌਮ ਦਿਖਾਇਆ ਹੋਇਆ ਹੈ ਦਿਸ ਇਜ਼ ਦਾ ਕੌਮ ਆਫ ਬਨਾਨਾ ਪਲਾਂਟ ਯੂ ਕੈਨ ਟੈਲ ਇਟ ਇਜ਼ ਅ ਕੌਮ ਬਿਕਾਜ਼ ਦਾ ਸਪਰਾਉਟ ਇਜ਼ ਗਰੋਇੰਗ ਵਰਟੀਕਲੀ ਫਰੋਮ ਅ ਸਿੰਗੂਲਰ ਨੋਡ ਜਦੋਂ ਇਹ ਇੱਕ ਨੋਡ ਤੋਂ ਸਿੱਧਾ ਗਰੋਅ ਕਰ ਰਿਹਾ ਹੈ ਤਾਂ ਇਹ ਕੌਮ ਹੈ ਬਟ ਜੇ ਇਹ ਇੱਕ ਨੋਡ ਤੋਂ ਗਰੋਅ ਨਹੀਂ ਕਰਦਾ ਸਾਡੇ ਕੋਲੇ ਮਲਟੀਪਲ ਨੋਡਸ ਦੀ ਆਪਸ਼ਨ ਆ ਜਾਂਦੀ ਹੈ ਦੈਨ ਦਿਸ ਇਜ਼ ਰਾਈਜ਼ੋਮ ਦੇਖੋ ਇੱਥੋਂ ਜਿਹੜਾ ਹੈਗਾ ਇੱਕ ਗੱਲ ਹੋ ਰਹੀ ਹੈ ਕਿ ਇਹ ਬਿਲਕੁਲ ਵਰਟੀਕਲੀ ਤੁਹਾਡੇ ਕੋਲੇ ਗਰੋ ਕਰ ਰਿਹਾ ਹੈ ਜਿੱਥੋਂ ਇਹ ਗਰੋ ਕਰ ਰਿਹਾ ਹੈ ਉਸ ਜਗ੍ਹਾ ਤੋਂ ਜਿਸ ਨੂੰ ਮੈਂ ਕੌਮ ਮੰਨ ਹੈ ਉੱਥੋਂ ਇਹ ਬਿਲਕੁਲ ਸਿੱਧਾ ਗਰੋ ਕਰ ਰਿਹਾ ਹੈ ਜਦੋਂ ਕਿ ਰਾਈਜ਼ੋਮ ਦੇ ਵਿੱਚ ਜੇ ਤੁਸੀਂ ਦੇਖੋਗੇ ਕਿ ਇਹ ਪਹਿਲਾਂ ਇੱਥੋਂ ਜਿਹੜਾ ਹੈਗਾ ਥੋੜਾ ਜਿਹਾ ਹਾਰੀਜ਼ਨਟਲੀ ਜਾਊਗਾ ਉਸ ਤੋਂ ਬਾਅਦ ਜਾ ਕੇ ਜਿਹੜਾ ਹੈਗਾ ਇਹ ਵਰਟੀਕਲੀ ਅਪਵਰਡ ਹੋਊਗਾ ਤਾਂ ਇਹ ਥੋੜਾ ਜਿਹਾ ਡਿਫਰੈਂਸ ਰਹੂਗਾ ਜੇ ਇਥੋਂ ਸਿੱਧਾ ਜਾ ਰਿਹਾ ਕੌਮ ਹੈਗਾ ਤਾਂ ਤੁਸੀਂ ਦੂਸਰਾ ਫੋਟੋਗ੍ਰਾਫ ਜਿਹੜਾ ਹੈਗਾ ਇਸ ਦਾ ਹੋਰ ਦੇਖੋ ਇਹ ਦੇਖੋ ਇਹ ਰਾਈਜ਼ੋਮ ਹੈ ਬਣਾਣਾ ਪਲਾਂਟ ਦਾ ਇਸ ਦੇ ਵਿੱਚ ਇਸ ਨੂੰ ਅਸੀਂ ਰਾਈਜ਼ੋਮ ਕਿਉਂ ਕਹਿ ਰਹੇ ਹਾਂ ਕਿਉਂਕਿ ਥੋੜਾ ਜਿਹਾ ਪਹਿਲਾਂ ਜਿਹੜਾ ਹੈਗਾ ਹਾਰੀਜ਼ੋਂਟਲੀ ਗਰੋ ਕਰ ਰਿਹਾ ਹੈ ਹਾਰੀਜ਼ੋਂਟਲੀ ਗਰੋ ਕਰਨ ਤੋਂ ਬਾਅਦ ਜਿਹੜਾ ਹੈਗਾ ਇਹ ਫਿਰ ਕੀ ਅਪਵਾਰਡ ਜਿਹੜਾ ਹੈਗਾ ਉਹ ਮੂਵ ਕਰ ਗਿਆ ਸੋ ਇਸ ਦੇ ਵਿੱਚ ਜਿਹੜਾ ਹੈਗਾ ਇਹ ਮਲਟੀਪਲ ਜਿਹੜੀਆਂ ਨੋਡਸ ਨੇ ਜਿਹੜੀਆਂ ਇੱਕ ਦੂਸਰ ਸੈਪਰੇਟ ਹੋ ਜਾਂਦੀਆਂ ਨੇ ਤੇ ਅਸੀਂ ਫਿਰ ਜਿਹੜਾ ਹੈਗਾ ਉਸ ਨੂੰ ਜਿਹੜਾ ਹੈਗਾ ਰੀਪਲਾਂਟਿੰਗ ਉਹਨਾਂ ਦੀ ਕਰ ਸਕਦੇ ਹਾਂ ਸੋ ਇਸ ਦੇ ਵਿੱਚ ਫਰਕ ਲੈਂਦਾ ਇਹਦਾ ਮਤਲਬ ਇਸ ਦੇ ਵਿੱਚ ਰਾਈਜ਼ੋਮ ਵੀ ਹੋ ਸਕਦਾ ਸੀ ਜਿਹੜਾ ਕਿ ਇਸ ਦਾ ਆਪਸ਼ਨ ਸੀਗਾ ਬਹੁਤ ਸਾਰੇ ਸਟੂਡੈਂਟਸ ਨੇ ਆਪਸ਼ਨ ਲਿਆ ਤੇ ਇਸ ਦਾ ਕੌਮ ਵੀ ਆਪਸ਼ਨ ਸੀਗਾ ਸੋ ਇਹ ਕੁਐਸਚਨ ਹੀ ਗਲਤ ਸੀਗਾ ਤੁਸੀਂ ਜਿਹੜਾ ਹੈਗਾ ਇਹ ਮੈਨੂੰ ਇਹ ਪੁੱਛੋ ਕਿ ਸਰ ਜੇ ਦੋਨੋਂ ਦਿੱਤੇ ਹੋਣ ਰਾਈਜ਼ੋਮ ਤੇ ਕੌਮ ਤਾਂ ਉੱਥੇ ਫਿਰ ਇੱਕ ਆਪਸ਼ਨ ਹੋਰ ਹੋਏਗੀ ਬੋਥ A ਐਂਡ B ਅਦਰਵਾਈਜ਼ ਜਿਹੜਾ ਹੈਗੇ ਇਸ ਦਾ ਜਿਆਦਾ ਜਿਹੜਾ ਅਕਸੈਪਟਡ ਕੁਐਸਚਨ ਦਾ ਆਨਸਰ ਹੈਗਾ ਉਹ ਕੀ ਹੈ ਸਾਡੇ ਕੋਲੇ ਰਾਈਜ਼ੋਮ ਤਾਂ ਇਸ ਗੱਲ ਦਾ ਧਿਆਨ ਰੱਖਣਾ ਇਹ ਚੀਜ਼ ਜਿਹੜੀ ਲੈਕਚਰ ਦੇ ਵਿੱਚ ਸਕਿਪ ਹੋ ਗਈ ਸੀਗੀ ਬਟ ਜਦੋਂ ਕੁਐਸਚਨ ਆਇਆ ਤਾਂ ਕੁਐਸਚਨ ਦੇ ਵਿੱਚ ਇਹ ਗੱਲ ਨਿਕਲ ਕੇ ਸਾਹਮਣੇ ਆਈ ਕਿ ਕੁਐਸਚਨ ਗਲਤ ਸੀਗਾ ਕਿਉਂਕਿ ਅਸੀਂ ਸਿਰਫ ਇੱਕ ਚੀਜ਼ ਨੂੰ ਲੈ ਕੇ ਚੱਲ ਰਹੇ ਸੀ ਸਾਡੇ ਕੋਲੇ ਜਿਹੜੀ ਦੂਸਰੀ ਚੀਜ਼ ਸੀ ਅਸੀਂ ਉਸ ਨੂੰ ਇਗਨੋਰ ਕਰਤਾ ਉਸ ਸਮੇਂ ਤੇ ਧਿਆਨ ਨਹੀਂ ਦਿੱਤਾ ਸੋ ਇਹ ਆਪਣੀ ਇੱਕ ਵਧੀਆ ਗੱਲ ਹੈ ਕਿ ਆਪਣੀ ਇੱਕ ਟੈਸਟ ਦੀ ਆਊਟਕਮ ਹੈ ਕਿ ਅਸੀਂ ਆਪਣੀ ਗਲਤੀ ਨੂੰ ਕਰੈਕਟ ਕੀਤਾ ਹੈ ਤਾਂ ਹੁਣ ਅਸੀਂ ਇਸ ਤੋਂ ਬਾਅਦ ਦੇ ਵਿੱਚ ਆਪਣਾ ਜੋ ਨੈਕਸਟ ਕੁਐਸਚਨ ਹੈ ਨੈਕਸਟ ਕੁਐਸਚਨ ਤੇ ਜਾਨੇ ਆ ਤਾਂ ਸਾਡੇ ਕੋਲੇ ਨੈਕਸਟ ਕੁਐਸਚਨ ਹੈ ਸਾਡਾ ਨੈਕਸਟ ਕੁਐਸਚਨ ਹੈ ਵਿਚ ਆਫ ਦਾ ਫੋਲੋਇੰਗ ਇਜ਼ ਐਗਜ਼ਾਮਪਲ ਆਫ ਕਮ ਤਾਂ ਇਥੇ ਸਪੈਸਿਫਿਕਲੀ ਆਪਣੀ ਤੋਂ ਐਗਜ਼ਾਮਪਲ ਪੁੱਛੀ ਗਈ ਹੈ ਤਾਂ ਇਹਦੇ ਵਿੱਚ ਵਟਾ ਜਿਹੜਾ ਹੈਗਾ ਤੁਹਾਨੂੰ ਸਾਰੇ ਯਾਦ ਹੋਣੇ ਚਾਹੀਦੇ ਆ ਕੀ ਜਿੰਜਰ ਕੀ ਹੈ অনion ਕੀ ਹੈ ਪੋਟੈਟੋ ਕੀ ਹੈ ਵਰਸਸ 78% ਸਟੂਡੈਂਟਸ ਨੇ ਇਸ ਕੁਐਸਚਨ ਦਾ ਆਨਸਰ ਜਿਹੜਾ ਹੈਗਾ ਉਹ ਸਹੀ ਦਿੱਤਾ ਤਾਂ ਇਟ ਮੀਨਸ ਜ਼ਿਆਦਾਤਰ ਸਟੂਡੈਂਟਸ ਨੂੰ ਇਹ ਕਨਸੈਪਟ ਕਲੀਅਰ ਸੀਗਾ ਇਹ ਬੜਾ ਸਿੰਪਲ ਕੁਐਸਚਨ ਸੀਗਾ ਜਿਹਦੇ ਤੁਹਾਨੂੰ ਪਤਾ ਲੱਗਦਾ ਕਿ ਅਸੀਂ ਜਿਹੜੀ ਹੈਗੀ ਇਸ ਦੀ ਐਗਜ਼ਾਮਪਲ ਕਿਉਂਕਿ ਇਹ ਸਿੱਧੀ ਐਗਜ਼ਾਮਪਲ ਜਿਹੜੀ ਹੈਗੀ ਉਹ ਕਰਵਾਈ ਵੀ ਹੋਈ ਸੀ ਇਸ ਕਰਕੇ ਜ਼ਿਆਦਾਤਰ ਸਟੂਡੈਂਟਸ ਜਿਹੜੇ ਹੈਗੇ ਨੇ ਬੇਟਾ ਉਹਨਾਂ ਦਾ ਕੁਐਸਚਨ ਸਹੀ ਰਿਹਾ ਇਹ ਆਨਸਰ ਤਾਂ ਜੇ ਮੈਂ ਪੋਟੈਟੋ ਦੀ ਗੱਲ ਕਰਾਂ ਪੋਟੈਟੋ ਇਸ ਦੇ ਵਿੱਚ ਬੇਟਾ ਦਿੱਤਾ ਹੋਇਆ ਹੈ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਪੋਟੈਟੋ ਦੇ ਵਿੱਚ ਕੀ ਸੀਗਾ ਪੋਟੈਟੋ ਦੇ ਵਿੱਚ ਸੀਗਾ ਸਾਡੇ ਕੋਲੇ ਟਿਊਬਰ ਥੈਨ ਅਨੀਅਨ ਦੀ ਗੱਲ ਕਰੀਏ ਅਨੀਅਨ ਦੇ ਵਿੱਚ ਕੀ ਸੀਗਾ ਬਲਬ ਅਸੀਂ ਅੱਜ ਵੀ ਜਿਹੜੀ ਹੈਗੀ ਇਹ ਗੱਲ ਕਰਕੇ ਹਟੇ ਹਾਂ ਕਿ ਅਨੀਅਨ ਦੇ ਵਿੱਚ ਸਾਡੇ ਕੋਲੇ ਜਿਹੜਾ ਹੈਗਾ ਇਸ ਦੀ ਐਗਜ਼ਾਮਪਲ ਜਿਹੜੀ ਸੀਗੀ ਉਹ ਬਲਬ ਸੀਗੀ ਤਾਂ ਇਸ ਤੋਂ ਬਾਅਦ ਦੇ ਵਿੱਚ ਬਟ ਆਪਣੇ ਕੋਲੇ ਬਚ ਜਾਂਦਾ ਇਹ ਜਿੰਜਰ ਜਿੰਜਰ ਦੀ ਕੀ ਹੈ ਦਿਸ ਇਜ਼ ਦਾ ਐਗਜ਼ਾਮਪਲ ਆਫ ਰਾਈਜ਼ੋਮ ਸੋ ਇਹ ਰਾਈਜ਼ੋਮ ਦੀ ਹੈ ਇਹ ਬਲਬ ਦੀ ਹੈ ਟਿਊਬਰ ਦੀ ਹੈ ਤੇ ਕੋਲੋਕੇਸ਼ੀ ਜਿਹੜੀ ਹੈਗੀ ਹੈ ਦਿਸ ਇਜ਼ ਦਾ ਐਗਜ਼ਾਮਪਲ ਆਫ ਕੌਮ ਤਾਂ ਨੈਕਸਟ ਕੁਐਸਚਨ ਜਿਹੜਾ ਹੈਗਾ ਹੈ ਐਨ ਐਗਜ਼ਾਮਪਲ ਆਫ ਵੈਜੀਟੇਟਿਵ ਪ੍ਰੋਪਗੇਸ਼ਨ ਥਰੂ ਸਟੈਮ ਟਿਊਬਰ ਇਜ਼ ਇਹ ਬੜਾ ਸਿੰਪਲ ਕੁਐਸਚਨ ਸੀਗਾ ਫਿਰ ਵੀ 63% ਸਟੂਡੈਂਟਸ ਨੇ ਇਹ ਸਹੀ ਕੀਤਾ ਹੈ ਤਾਂ ਸਮਝਣ ਵਾਲੀ ਗੱਲ ਇਹ ਚ ਕੁਝ ਹੈ ਹੀ ਨਹੀਂ ਸੀ ਬੜੀ ਸਿੰਪਲ ਸੀ ਕਿ ਸਟੈਮ ਟਿਊਬਰ ਸਟੈਮ ਟਿਊਬਰ ਦੀ ਜਦੋਂ ਅਸੀਂ ਗੱਲ ਕਰਦੇ ਆ ਤਾਂ ਸਾਡੇ ਮਾਈਂਡ ਦੇ ਵਿੱਚ ਸਿੱਧੀ ਗੱਲ ਸਟ੍ਰਾਈਕ ਕਰਨੀ ਚਾਹੀਦੀ ਕਿ ਪੋਟੈਟੋ ਦੀ ਗੱਲ ਕਰ ਰਿਹਾ ਹਾਂ ਹੁਣ ਜਿਹੜੇ ਸਟੂਡੈਂਟਸ ਨੇ ਇਸ ਨੂੰ ਅਨੀਅਨ ਲਗਾਇਆ ਤਾਂ ਅਨੀਅਨ ਦਾ ਤਾਂ ਪਹਿਲਾਂ ਮੈਂ ਦੋ ਕੁਐਸਚਨਸ ਦੇ ਵਿੱਚ ਪਹਿਲਾਂ ਵੀ ਕਲੀਅਰ ਕਰਤਾ ਆਪਣੇ ਇੱਕ ਲੈਕਚਰ ਦੇ ਵਿੱਚ ਵੀ ਕਲੀਅਰ ਕੀਤਾ ਕਿ ਇਹ ਬਲਬ ਹੁੰਦੇ ਨੇ সুইਟ ਪੋਟੈਟੋ ਦੀ ਗੱਲ ਕਰੀਏ ਇੱਥੇ ਜਿਹੜੇ ਸਟੂਡੈਂਟਸ ਕਨਫਿਊਜ਼ ਹੋਏ ਨੇ ਉਹਨਾਂ ਦੀ ਕਨਫਿਊਜ਼ਨ ਫੇਰ ਵੀ ਜਾਇਜ਼ ਮੰਨੀ ਦੀ ਹੈ ਕਿਉਂਕਿ ਇਹਦੇ ਵਿੱਚ ਟਿਊਬਰਸ ਹੈਗੇ ਨੇ ਬਟ ਟਿਊਬਰਸ ਕਹਦੇ ਨੇ ਰੂਟ ਦੇ ਨੇ ਇਸ ਕਰਕੇ ਪਹਿਲੀ ਗੱਲ ਤਾਂ ਇਸ ਨੂੰ ਤਾਂ ਆਪਾਂ ਇਦਾਂ ਹੀ ਇਮਿਟ ਕਰ ਦਾਂਗੇ ਕਿ ਇਹ ਰੂਟ ਦੀ ਹੈ ਇਹਦੇ ਵਿੱਚ ਬਲਬ ਹੈਗਾ ਤਾਂ ਪੋਟੈਟੋ ਸਾਡੇ ਕੋਲੇ ਪਈ ਐ ਸੋ ਨਨ ਆਫ ðiਸ ਇਜ਼ ਦਾ ਅਨਿਸਾ ਦਾ ਇਟ ਮੀਨਸ ਇਸ ਦਾ ਪੋਟੈਟੋ ਆਨਸਰ ਆਉਣਾ ਚਾਹੀਦਾ ਸੀ ਬੜਾ ਸਿੰਪਲ ਕੁਐਸਚਨ ਸੀ ਜਿਹੜੇ ਸਟੂਡੈਂਟਸ ਦਾ ਗਲਤ ਹੋਇਆ ਤਾਂ ਕਿਤੇ ਨਾ ਕਿਤੇ ਉਹਨਾਂ ਸਟੂਡੈਂਟਸ ਨੂੰ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਸ਼ਾਇਦ ਉਹਨਾਂ ਨੇ ਚੈਪਟਰ ਨੂੰ ਪਹਿਲਾਂ ਧਿਆਨ ਨਾਲ ਪੜ੍ਹਿਆ ਨਹੀਂ ਹੈ ਸਿੱਧਾ ਟੈਸਟ ਦਿੱਤਾ ਹੈ ਇਸ ਕਰਕੇ ਇਹੋ ਜਿਹੀਆਂ ਗਲਤੀਆਂ ਹੋ ਰਹੀਆਂ ਨੇ ਥੈਨ ਆਰਟੀਫੀਸ਼ੀਅਲ ਵੈਜੀਟੇਟਿਵ ਪ੍ਰੋਪਿਗੇਸ਼ਨ ਥਰੂ ਕਟਿੰਗ ਆਫ ਰ ਅਸੀਂ ਰੂਟ ਦੀ ਜਿਹੜੀ ਹੈਗੀ ਹੈ ਬਟਾ ਕਟਿੰਗ ਲੈ ਰਹੇ ਹਾਂ ਕਟਿੰਗਸ ਜਿਹੜੀਆਂ ਹੈਗੀਆਂ ਅਸੀਂ ਉਹ ਮੈਂ ਤੁਹਾਨੂੰ ਕਰਾਈਆਂ ਸੀ ਸਟੈਮ ਦੀ ਲੀਫ ਦੀ ਤਾਂ ਇਹਦੇ ਵਿੱਚ ਜਿਹੜੇ ਸਟੂਡੈਂਟਸ ਨੇ ਰੋਜ਼ ਜਾਂ ਬੋਗਨਵਿਲਿਆ ਇਸ ਦੀ ਸਹੀ ਜਾਂ ਹੈਬਿਸਕਸ ਇਸ ਦੀ ਸਹੀ ਆਪਸ਼ਨ ਲਈ ਹੈ ਤਾਂ ਉਹਨਾਂ ਨੇ ਸ਼ਾਇਦ ਕਟਿੰਗ ਤਾਂ ਪੜ੍ਹ ਲਿਆ ਪਰ ਨਾਲ ਦਿੱਤਾ ਹੋਇਆ ਦੂਸਰਾ ਜਿਹੜਾ ਵਰਡ ਹੈਗਾ ਉਹ ਰੂਟ ਨਹੀਂ ਪੜ੍ਹਿਆ ਸੋ ਰੂਟ ਵਰਡ ਵੀ ਜਿਹੜਾ ਪੜਨਾ ਜ਼ਰੂਰੀ ਸੀ ਬੇਟਾ ਅਸੀਂ ਇਹ ਸਟੈਮ ਕਟਿੰਗ ਦੀ ਗੱਲ ਨਹੀਂ ਕਰ ਰਹੇ ਅਸੀਂ ਇੱਥੇ ਰੂਟ ਕਟਿੰਗ ਦੀ ਗੱਲ ਕਰ ਰਹੇ ਹਾਂ ਸੋ ਟਰਮਰਿੰਡ ਜਿਹੜੀ ਹੈਗੀ ਰੂਟ ਕਟਿੰਗ ਦੀ ਐਗਜ਼ਾਮਪਲ ਸੀ ਜਿਹੜੇ ਸਟੂਡੈਂਟਸ ਤੋਂ ਗਲਤੀ ਹੋਈ ਹੈ ਉਮੀਦ ਕਰਦੇ ਹਾਂ ਕਿ ਅਗਲੀ ਵਾਰੀ ਉਹ ਕੁਐਸਚਨ ਜਰੂਰ ਧਿਆਨ ਨਾਲ ਪੜ੍ਹਨਗੇ ਤਾਂ ਕਿ ਉਹਨਾਂ ਤੋਂ ਅਗਲੀ ਵਾਰੀ ਇਹ ਗਲਤੀ ਨਾ ਹੋਵੇ ਇਸ ਤੋਂ ਬਾਅਦ ਦੇ ਵਿੱਚ ਬੇਟਾ ਗੱਲ ਕਰਦੇ ਹਾਂ ਟਰਾਂਸਵਰਸ ਵਾਈਨਰੀ ਫਿਜਨ ਦੀ ਟਰਾਂਸਵਰਸ ਬਾਈਨਰੀ ਫਿਜ਼ਨ ਇਹਨਾਂ ਦੇ ਵਿੱਚੋਂ ਕਿਹਦੇ ਜੋਰੀ ਯੂਗਲੀਨਾ ਅਮੀਬਾ ਹਾਈਡਰਾ ਪੈਰਾਮੀਸ਼ੀਅਮ ਤਾਂ ਮੈਂ ਇਕੱਲੇ-ਇਕੱਲੇ ਦੇ ਵਿੱਚ ਤੁਹਾਨੂੰ ਪੜਾਇਆ ਹੈ ਕਿ ਹਾਈਡਰਾ ਦੇ ਵਿੱਚ ਕੀ ਹੁੰਦਾ ਹੈ ਬਡਿੰਗ ਹੁੰਦੀ ਹੈ ਕਿਵੇਂ ਹੁੰਦੀ ਹੈ ਅਮੀਬਾ ਦੇ ਵਿੱਚ ਬਾਈਨਰੀ ਫਿਜ਼ਨ ਹੋ ਰਹੀ ਹੈ ਕਿਵੇਂ ਹੋ ਰਹੀ ਹੈ ਸਿਮਿਲਰਲੀ ਬੇਟਾ ਪੈਰਾਮੀਸ਼ੀਅਮ ਦਾ ਤੁਹਾਨੂੰ ਜਿਹੜਾ ਹੈਗਾ ਡਾਇਗਰਾਮੈਟਿਕਲੀ ਮੈਂ ਸਮਝਾਇਆ ਸੀ ਤਾਂ ਪੈਰਾਮੀਸ਼ੀਅਮ ਦੀ ਇਹ ਹੈਗੀ ਆਪਣੇ ਕੋਲੇ ਫੋਟੋਗ੍ਰਾਫ ਇਹਦੇ ਵਿੱਚ ਦੇਖੋ ਬੜਾ ਡਿਟੇਲ ਦੇ ਵਿੱਚ ਆਪਾਂ ਐਕਸਪਲੇਨ ਕੀਤਾ ਸੀ ਕਿ ਕਿਵੇਂ ਇਹਨਾਂ ਦੇ ਵਿੱਚ ਜਾ ਕੇ ਕਿਸ ਤਰੀਕੇ ਨਾਲ ਪੈਰਾਮੀਸ਼ੀਅਮ ਦੇ ਵਿੱਚ ਜਾ ਕੇ ਫਿਜ਼ਨ ਹੋ ਰਹੀ ਹੈ ਬਾਈਨਰੀ ਫਿਜ਼ਨ ਹੋ ਰਹੀ ਹੈ ట్రాన్స్‌ਮਿਸ਼ਨ ਟ੍ਰਾਂਸਵਰਸ ਹੋ ਰਹੀ ਹੈ ਅਮੀਬਾ ਤੇ ਪੈਰਾਮੀਸ਼ੀਅਮ ਜਿਹੜੇ ਸਟੂਡੈਂਟ ਅਮੀਬਾ ਤੇ ਪੈਰਾਮੀਸ਼ੀਅਮ ਦੇ ਵਿੱਚ ਕਨਫਿਊਜ਼ ਹੋਏ ਹੈ ਤਾਂ ਉਹ ਇਹ ਗੱਲ ਧਿਆਨ ਦੇ ਵਿੱਚ ਰੱਖਣ ਕਿਵੇਂ ਇਰੈਗੂਲਰ ਬਾਈਨਰੀ ਫਿਜ਼ਨ ਦੀ ਗੱਲ ਨਹੀਂ ਸੀ ਕੀਤੀ ਮੈਂ ਕੀਤੀ ਸੀ ਟ੍ਰਾਂਸਵਰਸ ਬਾਈਨਰੀ ਫਿਜ਼ਨ ਦੀ ਦੇਖੋ ਇੱਥੇ ਧਿਆਨ ਨਾਲ ਟ੍ਰਾਂਸਵਰਸ ਬਾਈਨਰੀ ਫਿਜ਼ਮ ਹੋ ਰਹੀ ਹੈ ਕਿ ਨਹੀਂ ਕਲੀਅਰ ਪਤਾ ਲੱਗ ਰਿਹਾ ਹੈ ਕਿ ਨਹੀਂ ਕਿ ਕਿਸ ਤਰੀਕੇ ਨਾਲ ਇੱਕ ਪੈਰਾਮੀਸ਼ੀਅਮ ਜਿਹੜਾ ਹੈਗਾ ਉਹ ਟ੍ਰਾਂਸਵਰਸ ਡਿਵੀਜ਼ਨ ਦੇ ਥਰੂ ਦੋ ਪੈਰਾਮੀਸ਼ੀਅਮ ਦੇ ਵਿੱਚ ਕਨਵਰਟ ਹੋ ਰਿਹਾ ਹੈ ਸੋ ਇਹ ਜਿਹੜਾ ਕੁਐਸਚਨ ਸੀਗਾ ਆਪਣੇ ਕੋਲੇ ਜਿਹੜੇ ਸਟੂਡੈਂਟਸ ਨੇ ਗਲਤੀ ਕੀਤੀ ਹੈ ਮੇਰਾ ਇਹ ਲੈਕਚਰ ਦੇਣ ਦਾ ਮਤਲਬ ਸਿਰਫ ਇਹੀ ਹੈ ਇਹਨਾਂ ਕੁਐਸਚਨਸ ਨੂੰ ਕਿਉਂਕਿ ਸਹੀ ਕੁਐਸਚਨ ਦਾ ਤੁਹਾਨੂੰ ਆਨਸਰ ਤਾਂ ਮੈਂ ਨਾਲ ਦੀ ਨਾਲ ਦੇ ਦਿੱਤੇ ਪਰ ਕੱਲੇ ਆਨਸਰ ਨੂੰ ਲਰਨ ਕਰ ਲੈਣਾ ਯਾਦ ਕਰ ਲੈਣਾ ਰੱਟਾ ਮਾਰ ਲੈਣਾ ਸਫੀਸ਼ੀਐਂਟ ਨਹੀਂ ਹੁੰਦਾ ਕਨਸੈਪਟ ਕਲੀਅਰ ਹੋਣਾ ਚਾਹੀਦਾ ਹੈ ਪੇਪਰ ਦੇ ਵਿੱਚ ਇਹ ਰਟੀਆਂ ਰਟਾਈਆਂ ਗੱਲਾਂ ਯਾਦ ਨਹੀਂ ਰਹਿੰਦੀਆਂ ਪੇਪਰ ਦੇ ਵਿੱਚ ਜੇ ਕੋਈ ਗੱਲ ਯਾਦ ਰਹਿੰਦੀ ਹੈ ਉਹ ਹੈ ਕਿ ਜਿਹੜਾ ਮਾਈਂਡ ਦੇ ਵਿੱਚ ਅਸੀਂ ਕਨਸੈਪਟ ਕਲੀਅਰ ਕੀਤਾ ਹੋਇਆ ਹੈ ਇਸੇ ਕਰਕੇ ਮੈਂ ਨਾਲ ਦੀ ਨਾਲ ਫੋਟੋਗ੍ਰਾਫਸ ਦੇ ਕੇ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਦਾ ਸਹੀ ਆਨਸਰ ਕੀ ਆਉਣਾ ਚਾਹੀਦਾ ਸੀ ਸੋ ਹੁਣ ਆਪਾਂ ਜਿਹੜਾ ਹੈਗਾ ਆਪਣਾ ਨੈਕਸਟ ਜਿਹੜਾ ਕੁਐਸਚਨ ਹੈ ਉਸ ਤੇ ਜਾਂਦੇ ਹਾਂ ਨੈਕਸਟ ਕੁਐਸਚਨ ਸੀ ਵੈਜੀਟੇਟਿਵ ਪ੍ਰੋਪੇਗੇਸ਼ਨ ਵਾਈ ਲੀਵਜ਼ ਅਕਰਨ ਮੈਨੂੰ ਨਹੀਂ ਲੱਗਦਾ ਕਿ ਇਹਦੇ ਵਿੱਚ ਕੋਈ ਕਨਫਿਊਜ਼ਨ ਹੋਣੀ ਚਾਹੀਦੀ ਸੀ ਬ੍ਰਾਇੋਫਾਈਲਮ ਦੀ ਅਸੀਂ ਗੱਲ ਕੀਤੀ ਸੀ ਬ੍ਰਾਇੋਫਾਈਲਮ ਦੇ ਵਿੱਚ ਤੁਹਾਨੂੰ ਮੈਂ ਦਿਖਾਇਆ ਵੀ ਸੀ ਵੈਜੀਟੇਟਿਵ ਪ੍ਰੋਪਿਗੇਸ਼ਨ ਦਾ ਮੈਥਡ ਹੈਗਾ ਜਿਹਦੇ ਵਿੱਚ ਨੇਚਰਲ ਤੇ ਆਰਟੀਫੀਸ਼ੀਅਲ ਅਸੀਂ ਮੈਥਡਸ ਕੀਤੇ ਸੀ ਤਾਂ ਨੇਚਰਲ ਮੈਥਡਸ ਜਿਹੜੇ ਕੀਤੇ ਸੀ ਉਹਨਾਂ ਦੇ ਵਿੱਚ ਇਸ ਦੀ ਫੋਟੋਗ੍ਰਾਫ ਵੀ ਤੁਹਾਨੂੰ ਮੈਂ ਦਿੱਤੀ ਸੀ ਹਾਂ ਆ ਦੇਖੋ ਬ੍ਰਾਇੋਫਾਈਲਮ ਹੈ ਬ੍ਰਾਇੋਫਾਈਲਮ ਦੇ ਵਿੱਚ ਫੋਟੋਗ੍ਰਾਫ ਸੀਗਾ ਤੇ ਨਾਲ ਦੀ ਨਾਲ ਜਿਹੜਾ ਹੈਗਾ ਆਪਾਂ ਇਸ ਤੋਂ ਇਲਾਵਾ ਇਸ ਨੂੰ ਇੱਕ ਡਾਇਗਰਾਮ ਲੈ ਕੇ ਵੀ ਸਮਝਣ ਦੀ ਕੋਸ਼ਿਸ਼ ਕੀਤੀ ਸੀ ਕਿ ਕਿਸ ਤਰੀਕੇ ਨਾਲ ਬ੍ਰਾਇਓਫਾਈਲਮ ਜਿਹੜਾ ਹੈਗਾ ਉਹ ਵੈਜੀਟੇਟਿਵ ਪ੍ਰੋਪਿਗੇਸ਼ਨ ਕਰ ਰਿਹਾ ਹੈ ਨੈਚੁਰਲ ਮੀਨਸ ਕਿਹੜੇ ਕਿਦੇ ਥਰੂ ਲੀव्स ਦੇ ਥਰੂ ਤਾਂ ਇਸ ਦੇ ਸਾਰੇ ਮੈਥਡ ਸੀਗੇ ਇਹ ਰੂਟਸ ਦੇ ਥਰੂ ਵੀ ਹੋ ਸਕਦੀ ਹੈ ਇਹ ਸਟੈਮ ਦੇ ਥਰੂ ਵੀ ਹੋ ਸਕਦੀ ਹੈ ਇਹ ਲੀव्स ਦੇ ਥਰੂ ਵੀ ਹੋ ਸਕਦੀ ਹੈ ਸੋ ਇਹ ਸਾਰੇ ਨੈਚੁਰਲ ਵੈਜੀਟੇਟਿਵ ਪ੍ਰੋਪਿਗੇਸ਼ਨ ਦੇ ਮੈਥਡ ਸੀਗੇ ਅਸੀਂ ਸਾਰੇ ਜਿਹੜੇ ਹੈਗੇ ਆ ਇਹ ਆਲਰੇਡੀ ਪੜੇ ਹੋਏ ਆ ਸੋ ਹੁਣ ਅਸੀਂ ਨੈਕਸਟ ਕੁਐਸਚਨ ਵੱਲ ਜਾਂਦੇ ਆ ਇਸ ਤੋਂ ਨੈਕਸਟ ਕੁਐਸਚਨ ਆਪਣਾ ਸੀ ਵੈਜੀਟੇਟਿਵ ਪ੍ਰੋਪੇਗੇਸ਼ਨ ਇਨ ਵਾਟਰ ਹਾਈ ਸੰਤੱਕਰਸ ਵਾਈ ਸੱਕਰ ਰਾਈਜ਼ੋਮ ਆਫਸਰਟ ਸਟੋਲਨ ਤਾਂ ਬੇਟਾ ਜੀ ਹੁਣ ਆਪਾਂ ਬਿਨਾ ਚੈਪਟਰ ਪੜ੍ਹੇ ਤੋ ਵੈਸੀ ਆਪਸ਼ਨ ਸਟਿੱਕ ਕਰੀ ਜਾਵਾਂਗੇ ਤਾਂ ਫਿਰ ਸਾਡੇ ਕੋਲ ਇਹੋ ਜੀ ਪਰਸੈਂਟੇਜ ਹੀ ਆਉਣੀ ਹੈ ਕਿ 13% ਬੱਚੇ ਸਾਡੇ ਕੋਲ ਇਹ ਵੀ ਸੋਚ ਰਹੇ ਨੇ ਸੱਕਰ ਹੋਣਾ ਚਾਹੀਦਾ 13 14% ਬੱਚੇ ਇਹ ਵੀ ਸੋਚ ਰਹੇ ਕਿ ਰਾਈਜ਼ੋਮ ਹੋਣਾ ਚਾਹੀਦਾ ਤੇ ਸੇਮ ਪਰਸੈਂਟੇਜ ਹੀ ਮੇਰੇ ਕੋਲ ਸਟੋਲਨ ਵੀ ਸੋਚ ਰਹੀ ਹੈ 18 18 18 ਬੱਚੇ ਜਿਹੜੇ ਹੈਗੇ ਨੇ ਸੋਚ ਰਹੇ ਆ ਜਦੋਂ ਕਿ 58.8% ਬੱਚੇ ਆਫਸੈਟ ਸੋਚ ਰਹੇ ਆ ਬਿਲਕੁਲ ਸਹੀ ਸੋਚ ਰਹੇ ਆ ਇਹ ਉਹ ਬੱਚੇ ਨੇ ਜਿਨ੍ਹਾਂ ਨੇ ਲੈਕਚਰ ਨੂੰ ਧਿਆਨ ਨਾਲ ਸੁਣਿਆ ਕਿਉਂਕਿ ਇਹ ਕਿਹੋ ਜਿਹਾ ਕੁਐਸਚਨ ਸੀ ਜਿਦੇ ਲਈ ਲੈਕਚਰ ਨੂੰ ਧਿਆਨ ਨਾਲ ਸੁਣਿਆ ਹੋਣਾ ਜ਼ਰੂਰੀ ਸੀ ਮੈਂ ਤੁਹਾਨੂੰ ਜਿਹੜੀ ਹੈਗੀ ਵਟਾ ਇਸ ਗੱਲ ਦੀ ਗਰੰਟੀ ਦਿੰਦਾ ਕਿ ਬਹੁਤ ਸਾਰੇ ਸਟੂਡੈਂਟਸ ਕੀ ਸੋਚ ਲੈਂਦੇ ਆ ਕਿ ਆਪਾਂ ਇਸ ਚੈਪਟਰ ਨੂੰ ਧਿਆਨ ਨਾਲ ਪੜ੍ਹਨ ਦੀ ਬਜਾਏ ਕੀ ਹੈ ਸਾਡੇ ਕੋਲੇ ਟੇਬਲ ਆ ਜਾਂਦੇ ਆ ਬੜੀਆਂ ਬੁੱਕਸ ਦੇ ਵਿੱਚੋਂ ਸਾਨੂੰ ਟੇਬਲ ਮਿਲ ਜਾਣਗੇ ਬੜੇ ਤੁਹਾਡੇ ਕੋਲੇ ਨੋਟਸ ਸਰਕੂਲੇਟ ਹੋ ਜਾਣਗੇ ਇਸ ਤਰੀਕੇ ਦੇ ਟੇਬਲ ਬਣ ਜਾਣਗੇ ਇੱਥੇ ਜਿਹੜਾ ਹੈਗਾ ਤੁਹਾਨੂੰ ਲਿਖਿਆ ਹੋਊਗਾ ਇੱਕ ਪਲਾਂਟ ਦਾ ਨਾਮ ਤੇ ਇੱਥੇ ਉਸ ਦਾ ਵੈਜੀਟੇਟਿਵ ਪ੍ਰੋਪੇਗੂਲ ਲਿਖਿਆ ਹੋਊਗਾ ਇੱਥੇ ਲਿਖਿਆ ਹੋਊਗਾ ਜੀ ਕਿ ਇੱਥੇ ਜਿਹੜਾ ਹੈਗਾ ਪੋਟੈਟੋ ਹੈ ਤੇ ਇੱਥੇ ਲਿਖਿਆ ਹੋਊਗਾ ਸਟੈਮ ਟਿਊਬਰ ਹੈ ਇਧਰ ਤੁਹਾਡੇ ਕੋਲੇ ਲਿਖਿਆ ਹੋਊਗਾ ਕਿ ਇਹ ਜਿਹੜਾ ਹੈਗਾ ਤੁਹਾਡੇ ਕੋਲੇ ਟੈਮਰਿੰਡ ਹੈ ਇਧਰ ਲਿਖੀ ਹੋਊਗੀ ਕਿ ਜਿਹੜੀ ਹੈਗੀ ਇਹ ਰੂਟ ਕਟਿੰਗ ਹੈ ਉਦੋਂ ਤੁਹਾਨੂੰ ਜਿਹੜਾ ਟੇਬਲ ਯਾਦ ਕਰਨਾ ਬੜਾ ਸੌਖਾ ਲੱਗੂ ਬੜ ਜੋ ਤੁਸੀਂ ਐਗਜ਼ਾਮ ਦੇ ਵਿੱਚ ਬੈਠੇ ਆਹੋ ਜਿਹੇ ਟੈਸਟ ਦਿੰਦੇ ਹੋਗੇ ਤਾਂ ਤੁਹਾਡਾ ਇਹ ਟੇਬਲ ਕਿਸੇ ਕੰਮ ਦਾ ਨਹੀਂ ਰਹਿ ਜਾਂਦਾ ਸਾਰੀਆਂ ਗੱਲਾਂ ਜਿਹੜੀਆਂ ਉਦੋਂ ਸਿਰਫ ਤੇ ਸਿਰਫ ਯਾਦ ਰਹਿੰਦਾ ਹੈਗਾ ਕਨਸੈਪਟ ਇਸ ਕਰਕੇ ਇਹੋ ਜਿਹੇ ਕੁਐਸਚਨਸ ਦੇ ਲਈ ਪਹਿਲਾਂ ਧਿਆਨ ਨਾਲ ਆਪਣੀਆਂ ਬੁੱਕਸ ਨੂੰ ਪੜ੍ਹੋ ਤਾਂ ਬੁੱਕਸ ਦੇ ਵਿੱਚ ਵਟਾੜਾ ਹੈਗਾ ਬੜੇ ਡਿਟੇਲ ਦੇ ਵਿੱਚ ਇਹਦੇ ਬਾਰੇ ਦਿੱਤਾ ਹੋਇਆ ਤਾਂ ਡਿਟੇਲ ਦੇ ਵਿੱਚ ਦਿੱਤਾ ਹੋਇਆ ਤਾਂ ਬੇਟਾ ਇਹ ਵਾਟਰ ਹਾਈਸੰਥ ਬਾਰੇ ਇਹ ਜਲਕੁੰਬੀ ਦੀ ਗੱਲ ਹੋ ਰਹੀ ਹੈ ਜਿਹੜੀ ਆਪਣੇ ਆਮ ਜਲਕੁੰਬੀ ਨਹੀਂ ਟੋਬਿਆਂ ਦੇ ਵਿੱਚ ਜਿਹੜੀ ਲੱਗੀ ਹੋਈ ਉਸ ਦੀ ਗੱਲ ਹੋ ਰਹੀ ਹੈ ਤਾਂ ਇਹ ਬਹੁਤ ਜ਼ਿਆਦਾ ਆਪਣੇ ਕੋਲੇ ਹੋ ਜਾਂਦੀ ਹੈ ਤਾਂ ਇਸ ਨੂੰ ਜਿਹੜਾ ਹੈਗਾ ਟੈਰਰ ਆਫ ਬੰਗਾਲ ਦਾ ਨਾਮ ਵੀ ਦਿੱਤਾ ਜਾਂਦਾ ਹੈ ਤਾਂ ਕੁਐਸਚਨ ਇਹ ਵੀ ਪੁੱਛ ਲੈਂਦਾ ਹੈ ਕਿ ਟੈਰਰ ਆਫ ਬੰਗਾਲ ਜਿਹੜਾ ਟਰਮ ਹੈਗੀ ਹੈ ਉਹ ਕਿਹਦੇ ਨਾਲ ਰਿਲੇਟਡ ਟਰਮ ਹੈਗੀ ਹੈ ਤਾਂ ਟੈਰਰ ਆਫ ਬੰਗਾਲ ਟਰਮ ਜਿਹੜੀ ਵਾਟਰ ਹਾਈ ਸੰਥਨਾ ਨਾਲ ਰਿਲੇਟਡ ਹੈ ਵਾਟਰ ਹਾਈ ਸੰਥ ਨੂੰ ਟੈਰਰ ਆਫ ਬੰਗਾਲ ਕਿਉਂ ਕਿਹਾ ਇਸ ਦੇ ਲਈ ਬਟਾਇਆ ਹੈਗਾ ਤੁਸੀਂ ਆਪਣੀਆਂ ਬੁੱਕਸ ਭਰੋਣੀਆਂ ਨੇ ਬੁੱਕਸ ਦੇ ਵਿੱਚੋਂ ਜਾ ਕੇ ਜਿਹੜਾ ਹੈਗਾ ਤੁਸੀਂ ਆਨਸਰ ਲੱਭਣਾ ਹੈ ਤੇ ਜੇ ਤੁਹਾਨੂੰ ਬੁੱਕਸ ਦੇ ਵਿੱਚੋਂ ਆਨਸਰ ਮਿਲ ਗਿਆ ਸਹੀ ਆਨਸਰ ਤਾਂ ਮੇਰੇ ਨਾਲ ਮੇਰੇ WhatsApp ਨੰਬਰ ਦੇ ਉੱਤੇ ਜਰੂਰ ਸ਼ੇਅਰ ਕਰਿਓ ਤਾਂ ਕਿ ਮੈਨੂੰ ਪਤਾ ਲੱਗ ਸਕੇ ਕਿ ਤੁਸੀਂ ਘਰੇ ਜਿਹੜਾ ਹੈਗਾ ਲੈਕਚਰਸ ਨੂੰ ਸੁਣ ਰਹੇ ਹੋ ਤੇ ਉਸ ਨੂੰ ਦੇਖ ਕੇ ਆਪਣੇ ਆਨਸਰਸ ਵੀ ਲੱਭ ਰਹੇ ਹੋ ਤਾਂ ਇਸ ਤੋਂ ਨੈਕਸਟ ਕੁਐਸਚਨ ਵੱਲ ਜਾਂਦੇ ਆ ਕਲੂਨ ਕੀ ਚੀਜ਼ ਹੈ ਅਕਲੂਨ ਇਸ ਸਮਝੋ ਧਿਆਨ ਨਾਲ ਇਸ ਗੱਲ ਨੂੰ ਵੈਸੇ ਜਿਹੜਾ ਹੈਗਾ 62% ਸਟੂਡੈਂਟਸ ਦਾ ਜਿਹੜਾ ਹੈਗਾ ਕੁਐਸਚਨ ਸਹੀ ਹੋਇਆ ਹੈ ਤਾਂ ਮੇਜਰ ਜਿਹੜਾ ਹੈਗਾ ਸਟੂਡੈਂਟਸ ਇੱਥੇ 22% ਸਟੂਡੈਂਟਸ ਇੱਥੇ ਆ ਕਿ ਗਲਤੀ ਕਰ ਰਹੇ ਆ ਉਹ ਗਲਤੀ ਕੀ ਹੈ ਬਿਲਕੁਲ ਸਹੀ ਜਗ੍ਹਾ ਤੇ ਉੱਤੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਸੀ ਸਟੂਡੈਂਟ ਬਟ ਕਿਤੇ ਨਾ ਕਿਤੇ ਗਲਤੀ ਹੋਈ ਤਾਂ ਗਲਤੀ ਕਿਉਂ ਹੋਈ ਸਭ ਤੋਂ ਪਹਿਲਾਂ ਅਸੀਂ ਕਿ ਅ ਗਰੁੱਪ ਆਫ ਜੈਨੇਟਿਕਲੀ ਡਿਸਿਮਿਲਰ ਆਰਗਾਨਿਜ਼ਮ ਸਭ ਤੋਂ ਪਹਿਲੀ ਗੱਲ ਤਾਂ ਬੇਟਾ ਇਹ ਸਮਝ ਲਓ ਗੱਲ ਕਿ ਜਦੋਂ ਕਲੋਨ ਦੀ ਗੱਲ ਹੋ ਰਹੀ ਹੈ ਤਾਂ ਜੈਨੇਟਿਕਲੀ ਉਹ ਆਰਗਾਨਿਜ਼ਮ ਸਿਮਿਲਰ ਹੋਣਗੇ ਉਹ ਆਰਗਾਨਿਜ਼ਮ ਡਿਸਸਿਮਿਲਰ ਨਹੀਂ ਹੋਣਗੇ ਇਸ ਕਰਕੇ ਜਿਹੜੇ ਆ ਪੰਜ ਸਟੂਡੈਂਟਸ ਨੇ ਆਪਸ਼ਨ A ਲਈ ਹੈ ਉਹ ਸਟੂਡੈਂਟਸ ਨੂੰ ਤਾਂ ਮੈਂ ਇੱਥੇ ਹੀ ਕਹਿ ਰਿਹਾ ਕਿ ਉਹਨਾਂ ਨੇ ਆਪਸ਼ਨ ਨੂੰ ਧਿਆਨ ਨਾਲ ਪੜ੍ਹਿਆ ਹੀ ਨਹੀਂ ਕਿਉਂਕਿ ਗੱਲ ਕਲੋਨ ਦੀ ਹੋ ਰਹੀ ਸੀ ਦੂਸਰੀ ਗੱਲ ਅ ਗਰੁੱਪ ਆਫ ਜੈਨੇਟਿਕਲੀ ਸਿਮਿਲਰ ਆਰਗਾਨਿਜ਼ਮਸ ਇੱਥੇ ਸਟੂਡੈਂਟ ਸਹੀ ਸੋਚ ਰਹੇ ਹੈ ਕਿ ਜੈਨੇਟਿਕਲੀ ਸਿਮਿਲਰ ਆਰਗਾਨਿਜ਼ਮ ਹੋਣਗੇ ਜੀ ਕਲੋਨ ਬਿਲਕੁਲ ਕਲੋਨ ਜੈਨੇਟਿਕਲੀ ਸਿਮਿਲਰ ਆਰਗਾਨਿਜ਼ਮ ਹੁੰਦੇ ਹੈ ਬਟ ਅੱਗੇ ਉਹ ਗੱਲ ਲਿਖ ਰਿਹਾ ਪ੍ਰੋਡਿਊਸਡ ਬਾਇ ਸੈਕਸ਼ੂਅਲ ਰੀਪ੍ਰੋਡਕਸ਼ਨ ਇਹ ਜੈਨੇ ਬਟ ਕਲੋਨ ਜਿਹੜੇ ਸੈਕਸ਼ੂਅਲ ਰਿਪਰੋਡਕਸ਼ਨ ਨਾਲ ਨਹੀਂ ਪ੍ਰੋਡਿਊਸ ਹੋਏ ਇਹ ਕਿਹਦੇ ਨਾਲ ਹੋਏ ਹੈ ਬਟਾ ਇਹ ਏਸੈਕਸ਼ੂਅਲ ਮੋਡ ਆਫ ਰਿਪਰੋਡਕਸ਼ਨ ਨਾਲ ਬਣੇ ਹੋਏ ਹੈ ਇਸ ਕਰਕੇ ਜਿਹੜਾ ਹੈਗਾ অপਸ਼ਨ ਬੀ ਵੀ ਗਲਤ ਹੋ ਜਾਂਦਾ ਹੈ ਤੀਸਰਾ ਜਿਹੜੇ 15 ਬੱਚੇ ਇੱਥੇ ਲਗਾ ਰਹੇ ਹੈ ਆ ਗਰੁੱਪ ਆਫ ਜੈਨੇਟਿਕਲੀ ਡਿਸਿਮਿਲਰ ਆਰਗਾਨਿਜ਼ਮਸ ਡਿਸਿਮਿਲਰ ਤਾਂ ਹੈ ਨਹੀਂ ਸਿਮਿਲਰ ਨੇ ਸੋ ਇਹ ਵੀ ਜਿਹੜਾ ਹੈਗਾ ਗਲਤ ਹੈ ਤਾਂ ਇਹਨਾਂ ਸਟੂਡੈਂਟਸ ਨੇ ਸਿਰਫ ਇਹਦਾ ਦੇਖ ਲਿਆ ਕਿ ਇਹ ਇਸੈਕਸ਼ੂਅਲ ਰਿਪ੍ਰੋਡਕਸ਼ਨ ਹੈ ਬਟ ਇਹਨਾਂ ਨੇ ਇਹ ਨਹੀਂ ਦੇਖਿਆ ਕਿ ਜੈਨੇਟਿਕਲੀ ਸਿਮਿਲਰ ਆਰਗਾਨਿਜ਼ਮਸ ਨੇ ਜਦੋਂ ਕਿ ਆਪਣੇ ਕੋਲ ਚੌਥੀ ਆਪਸ਼ਨ ਤੱਕ ਜਿਹੜੀ ਹੈਗੀ ਜੇ ਅਸੀਂ ਪਹੁੰਚਦੇ ਆ ਤਾਂ ਗਰੁੱਪ ਆਫ ਜੈਨੇਟਿਕਲੀ ਸਿਮਿਲਰ ਆਰਗਾਨਿਜ਼ਮਸ ਉਹ ਆਰਗਾਨਿਜ਼ਮ ਜੈਨੇਟਿਕਲੀ ਜਿਹਨਾਂ ਦਾ ਜੈਨੇਟਿਕ ਮੇਕਅਪ ਸੇਮ ਹੈ ਜੈਨੇਟਿਕ ਮੇਕਅਪ ਸੇਮ ਹੈ ਤਾਂ ਇਉਂ ਤਾਂ ਉਹਨਾਂ ਨੂੰ ਕਲੋਨ ਕਹਾਂਗੇ ਪਰ ਨਾਲ ਦੀ ਨਾਲ ਕੀ ਹੈ ਦੀਜ਼ ਆਰ ਪ੍ਰੋਡਿਊਸਡ ਬਾਈ ਇਸੈਕਸ਼ੂਅਲ ਰਿਪ੍ਰੋਡਕਸ਼ਨ ਸੋ ਇਹਨਾਂ 62% ਸਟੂਡੈਂਟਸ ਨੂੰ ਸ਼ਾਬਾਸ਼ ਜੀ ਜਿਨ੍ਹਾਂ ਨੇ ਜਿਹੜਾ ਹੈਗਾ ਬੜੇ ਧਿਆਨ ਨਾਲ ਚਾਰੋਂ ਆਪਸ਼ਨਸ ਆਪਸ਼ਨ 1 2 3 4 ਡਿਟੇਲ ਦੇ ਵਿੱਚ ਪੜੀਆਂ ਨੇ ਤੇ ਫਿਰ ਜਾ ਕੇ ਚੌਥੀ ਆਪਸ਼ਨ ਦੇ ਵਿੱਚੋਂ ਕਨਕਲੂਜਨ ਤੱਕ ਪਹੁੰਚੇ ਹੈ ਕੁਝ ਸਟੂਡੈਂਟਸ ਚੌਥੀ ਆਪਸ਼ਨ ਤੱਕ ਪਹੁੰਚ ਹੀ ਨਹੀਂ ਸਕੇ ਪਹਿਲੇ ਹੀ ਸੋਚ ਕੇ ਜੇ ਛੱਡ ਤਾ ਕਿ ਚਲੋ ਠੀਕ ਹੈ ਹੋਊਗਾ ਮੈਂ ਪਹਿਲਾਂ ਹੀ ਕਹਿਣਾ ਹਨਾ ਕਿ ਜਿਹੜੇ ਆਬਜੈਕਟਿਵ ਟਾਈਪ ਕੁਐਸਚਨਸ ਨੇ ਇਹ ਕਾਲੀ ਦਾ ਕੰਮ ਨਹੀਂ ਹੁੰਦਾ ਇਹ ਤਾਂ ਬਹੁਤ ਧਿਆਨ ਨਾਲ ਕਰਨ ਵਾਲੇ ਕੁਐਸਚਨਸ ਹੁੰਦੇ ਨੇ ਤਾਂ ਇਸ ਤੋਂ ਬਾਅਦ ਦੇ ਵਿੱਚ ਜਿਹੜਾ ਹੈਗਾ ਵਿਚ ਟਾਰਮ ਇਜ਼ ਕਨੈਕਟਡ ਟੂ ਅਸੈਕਸ਼ੂਅਲ ਰਿਪਰੋਡਕਸ਼ਨ ਬੜਾ ਸਿੰਪਲ ਕੁਐਸਚਨ ਹੈ ਮੈਂ ਐਕਸਪਲੇਨ ਨਹੀਂ ਕਰੂੰਗਾ ਅਸੈਕਸ਼ੂਅਲ ਰਿਪਰੋਡਕਸ਼ਨ ਨਾਲ ਰਿਲੇਟਡ ਟਰਮਨੋਲੋਜੀ ਹੈਗੇ ਜੈਮੀউল ਅਸੈਕਸ਼ੂਅਲ ਰਿਪਰੋਡਕਸ਼ਨ ਨਾਲ ਰਿਲੇਟਡ ਟਰਮ ਟਰਮਨੋਲੋਜੀ ਹੈਗੀ ਕਿਦੇ ਵਿੱਚ ਅਸੈਕਸ਼ੂਅਲ ਮੋਡ ਆਫ ਰਿਪਰੋਡਕਸ਼ਨ ਹੈਗਾ ਇਹ ਤੁਸੀਂ ਦੱਸਣਾ ਮੈਨੂੰ ਇਹ ਮੈਂ ਨਹੀਂ ਦੱਸੂੰਗਾ ਥੈਨ ਆ ਟੈਕਨੀਕ ਆਫ ਪੈਗਿੰਗ ਅ ਬ੍ਰਾਂਚ ਆਫ ਸੋਇਲ ਬ੍ਰਾਂਚ ਇਨ ਦਾ ਸੋਇਲ ਇਜ਼ ਇੱਕ ਪਲਾਂਟ ਦੀ ਬ੍ਰਾਂਚ ਦੀ ਪੈਕਿੰਗ ਕਰਨੀ ਹੈ ਦੱਬ ਦੇਣਾ ਉਹਨੂੰ ਮਿੱਟੀ ਦੇ ਵਿੱਚ ਤਾਂ ਉਹਦੇ ਨਾਲ ਰਿਲੇਟਡ ਟੈਕਨੀਕ ਕਿਹੜੀ ਹੈ ਮੈਂ ਤੁਹਾਨੂੰ ਟੈਕਨੀਕ ਦਿਖਾਉਣਾ ਹੈ ਉਹ ਤਾਂ ਬਟਾਏ ਅਲੱਗ-ਅਲੱਗ ਟੈਕਨੀਕ ਸੀਗੀਆਂ ਇਹਨਾਂ ਟੈਕਨੀਕਸ ਦੇ ਵਿੱਚੋਂ ਇਹ ਵਾਲੀ ਟੈਕਨੀਕ ਨੂੰ ਤੁਸੀਂ ਦੇਖੋ ਜੇ ਤੁਸੀਂ ਧਿਆਨ ਨਾਲ ਆਪਣੀ ਜਿਹੜੀ ਹੈਗੀ ਦੇਖੀ ਹੁੰਦੀ ਇਹ ਤਾਂ ਇਹਦੇ ਵਿੱਚ ਮੈਂ ਲਿਖਿਆ ਵੀ ਅਸੀਂ ਦੇਖੋ ਪੈਗਿੰਗ ਪੈਗਿੰਗ ਕੀਤੀ ਹੋਇਆ ਦੱਬਿਆ ਹੋਇਆ ਇਸ ਨੂੰ نیچے ਤਾਂ ਉਸ ਤੋਂ ਬਾਅਦ ਚ ਉੱਪਰ ਜਾ ਰਿਹਾ ਤਾਂ ਇਹ ਜਿਹੜੀ ਟੈਕਨੀਕ ਹੈਗੀ ਇਸ ਨੂੰ ਅਸੀਂ ਕੀ ਬੋਲਦੇ ਆ ਲੇਅਰਿੰਗ ਅੱਗੇ ਮੈਂ ਬਟਾ ਏਸ ਦੀਆਂ ਦੋ ਟਾਈਪਸ ਵੀ ਕਰਵਾਈਆਂ ਸੀ ਇੱਕ ਸੀਗੀ ਮਾਉਂਟ ਲੇਅਰਿੰਗ ਤੇ ਇੱਕ ਸੀਗੀ 에ਅਰ ਲੇਅਰਿੰਗ 에ਅਰ ਲੇਅਰਿੰਗ ਦਾ ਹੈਗੇ ਕਾਮਨ ਨੇਮ ਹੀ ਦੱਸਿਆ ਸੀ ਇਹ ਕਿਹੜੀ ਹੈ ਮਾਉਂਟ ਲੇਅਰਿੰਗ ਹੈ ਉਦੋਂ ਕਾਮਨ ਨੇਮ ਕੀ ਸੀ ਬੁੱਕਸ ਖੋਲੋ ਤੇ ਉਹਦੇ ਵਿੱਚੋਂ ਲੱਭੋ ਤਾਂ ਹੁਣ ਜਿਹੜਾ ਹੈਗਾ ਆਪਣੇ ਕੋਲੇ ਨੈਕਸਟ ਕੁਐਸਚਨ ਜਿਹੜਾ ਹੈਗਾ ਹਾਂ ਇਹ ਲਾਸਟ ਕੁਐਸਚਨ ਨਹੀਂ ਇਸ ਤੋਂ ਬਾਅਦ ਦੇ ਵਿੱਚ ਆਪਣੇ ਕੋਲੇ ਹਾਂ ਹੈਗਾ ਮਾਈਕਰੋ ਪ੍ਰੋਪਿਗੇਸ਼ਨ ਕੀ ਹੈ ਮਾਈਕਰੋ ਪ੍ਰੋਪਿਗੇਸ਼ਨ ਇਸ 60% ਸਟੂਡੈਂਟਸ ਜਿਹੜਾ ਹੈਗਾ ਇਹਦਾ ਆਨਸਰ ਸਹੀ ਦਿੰਦਾ ਹੈ ਉਹ ਆਪਸ਼ਨ A ਸੀਗੀ ਰੇਜ਼ਿੰਗ ਦਾ ਪਲਾਂਟਸ ਫਰੋਮ ਸਮਾਲ ਟਿਸ਼ੂ ਇਨ ਕਲਚਰ ਤਾਂ ਆਪਣੇ ਕੋਲੇ ਛੋਟਾ ਛੋਟਾ ਟਿਸ਼ੂਜ਼ ਹੈਗੇ ਟਿਸ਼ੂ ਦਾ ਪਾਰਟ ਹੈ ਉਸ ਤੋਂ ਆਪਾਂ ਪੂਰੇ ਦਾ ਪੂਰਾ ਪlant ਬਣਾਇਆ ਹੋਇਆ ਹੈ ਮਲਟੀਪਲੀਕੇਸ਼ਨ ਆਫ ਦਾ ਸਮਾਲ ਪlant ਸਮਾਲ ਪlant ਦੀ ਮਲਟੀਪਲੀਕੇਸ਼ਨ ਨਹੀਂ ਹੈਗੀ ਮਾਈਕਰੋ ਪ੍ਰੋਪਿਗੇਸ਼ਨ ਦਾ ਮਤਲਬ ਛੋਟੇ ਪlant ਦੀ ਪ੍ਰੋਪਿਗੇਸ਼ਨ ਨਹੀਂ ਹੈਗੀ ਪ੍ਰੋਪਿਗੇਸ਼ਨ ਆਫ ਦਾ ਸਮਾਲ ਪਾਰਟਸ ਆਫ ਆਰਗਨਿਜ਼ਮ ਦੇ ਛੋਟੇ ਪਾਰਟ ਦੀ ਜਿਹੜੀ ਪ੍ਰੋਪਿਗੇਸ਼ਨ ਨਹੀਂ ਹੈਗੀ ਟਿਸ਼ੂ ਦੀ ਪ੍ਰੋਪਿਗੇਸ਼ਨ ਹੈਗੀ ਹੈ ਮੇਨਟੇਨੈਂਸ ਆਫ ਆਰਗਨਲ ਟਿਸ਼ੂਜ਼ ਨੂੰ ਮੇਨਟੇਨ ਕਰਨਾ ਨਹੀਂ ਅਸੀਂ ਪ੍ਰੋਪਿਗੇਟ ਕਰ ਰਹੇ ਹਾਂ ਸੋ ਆਪਸ਼ਨ A ਇਸ ਦੀ ਸਹੀ ਸੀਗੀ ਇਸ ਤੋਂ ਬਾਅਦ ਅਪ੍ਰੋਕਸੀਮੇਟ ਲਾਈਫਸਪੈਨ ਆਫ ਫਾਈਕਸ ਰਿਲੀਜੀਅਸ ਪੀਪਲ ਇਸ ਮੈਂ ਕਾਮਨ ਨੇਮ ਵੀ ਦਿੱਤਾ ਹੋਇਆ ਹੈ ਸਿਰਫ ਜਿਹੜੇ ਇਹੋ ਜਿਹੇ ਕੁਐਸਚਨ ਤੁਹਾਨੂੰ ਨਾਮ ਯਾਦ ਕਰਾਉਣ ਵਾਸਤੇ ਵੀ ਕਈ ਵਾਰੀ ਸੀ ਦੇ ਦਿੰਨੇ ਆ ਕਿ ਘੱਟੋ ਘੱਟ ਤੁਹਾਨੂੰ ਆਈ ਯਾਦ ਹੋ ਜੂਗਾ ਕਿ ਫਾਈਕਸ ਰਿਲੀਜੀਅਸਾ ਕਹਿੰਦੇ ਆ ਤਾਂ ਆਹ ਜਿਹੜੇ ਹੈਗੇ ਨੇ ਇਹਦੇ ਵਿੱਚ ਐਕਸਪਲੇਨ ਕਰਨ ਨੂੰ ਕੁਝ ਨਹੀਂ ਇਹਦੇ ਵਿੱਚ ਯਾਦ ਕਰਨ ਵਾਲੀ ਗੱਲ ਹੀ ਸੀਗੀ ਤੇ ਯਾਦ ਕਰਨ ਵਾਲੀ ਗੱਲ ਇਸ ਕਰਕੇ ਸੌਖੀ ਸੀ ਇਹ ਕਿਉਂਕਿ ਬਾਕੀ ਦਾ ਚਲੋ ਮੈਂ ਤੁਹਾਨੂੰ ਜਿਹੜੇ ਹੈਗੇ ਨੇ ਉਸ ਦਿਨ 15 20 ਗਿਨਾਦੇ ਸੀ ਉਦੇ ਵਿੱਚੋਂ ਮੈਂ ਤੁਹਾਨੂੰ ਇੱਕ ਦਾ ਤਾਂ ਦਿਖਾਇਆ ਸੀਗਾ ਕਿ ਜਿੰਨੇ ਵੀ ਮੈਂ ਐਗਜ਼ਾਮਪਲ ਦੱਸਿਆ ਸੀ ਉਹਨਾਂ ਦੇ ਵਿੱਚੋਂ ਲੌਂਗੇਸਟ ਸੀਗਾ ਤੇ ਨਾਲ ਨਾਲ ਜਿਹੜੀ ਹੈਗੀ ਹੈ ਬਟ ਇੱਕ ਮੈਂ ਸ਼ਾਰਟੈਸਟ ਵੀ ਦੱਸਿਆ ਸੀ ਕਿ ਸ਼ਾਰਟੈਸਟ ਲਾਈਫਸਪੈਨ ਕਿਹਦਾ ਹੈ ਤਾਂ ਇਹ ਲੌਂਗੇਸਟ ਦੀ ਗੱਲ ਹੋ ਗਈ ਮੈਂ ਤੁਹਾਨੂੰ ਆਨਸਰ ਦੱਸਦਾ ਸ਼ਾਰਟੈਸਟ ਲਾਈਫਸਪੈਨ ਕਿਹਦਾ ਹੈ ਇਹ ਤੁਸੀਂ ਜੇ ਨੋਟਸ ਆਪਣੇ ਬਣਾਏ ਹੋਏ ਤਾਂ ਨੋਟਸ ਦੇ ਵਿੱਚੋਂ ਦੇਖੋ ਜੇ ਨੋਟਸ ਨਹੀਂ ਬਣਾਏ ਤਾਂ ਲਿੰਕ ਦੇ ਵਿੱਚ ਜਿਹੜੇ ਮੈਂ ਸਾਰੇ ਐਡਰੈਸ ਦੇ ਚਾਰੋਂ ਲੈਕਚਰਸ ਨੇ ਉਹਨਾਂ ਦੇ ਵਿੱਚੋਂ ਲੈਕਚਰ 1 ਨੂੰ ਖੋਲੋ ਤੇ ਉਹਦੇ ਵਿੱਚੋਂ ਜਾ ਕੇ ਸੁਣੋ ਕਿ ਸ਼ਾਰਟੈਸਟ ਲਾਈਫਸਪੈਨ ਕਿਹਦਾ ਸੀ ਦੈਨ ਜਿਹੜਾ ਲਾਸਟ ਕੁਐਸਚਨ ਸੀ ਕਿ ਵੈਜੀਟੇਟਿਵਲੀ ਪ੍ਰੋਪਿਗੇਟਿਡ ਪਲਾਂਟਸ ਜਿਹੜੇ ਪਲਾਂਟਸ ਦੀ ਵੈਜੀਟੇਟਿਵ ਪ੍ਰੋਪਿਗੇਸ਼ਨ ਹੁੰਦੀ ਹੈ ਉਹਨਾਂ ਦੇ ਰੂਟਸ ਨਹੀਂ ਹੁੰਦੀਆਂ ਕਿਉਂ ਨਹੀਂ ਹੁੰਦੀਆਂ ਰੂਟਸ ਹੁੰਦੀਆਂ ਨੇ ਬਡਸ ਨਹੀਂ ਹੁੰਦੇ ਜੇ ਬਡਸ ਹੁੰਦੇ ਆ ਤਾਂ ਹੀ ਤਾਂ ਵੈਜੀਟੇਟਿਵ ਪ੍ਰੋਪਿਗੇਸ਼ਨ ਕਰ ਰਹੇ ਆ ਉਹ ਜੈਨੇਟਿਕਲੀ ਡਿਸਿਮਿਲਰ ਨਹੀਂ ਜੀ ਜੈਨੇਟਿਕਲੀ ਸਿਮਿਲਰ ਹੋਣਗੇ ਕਲੋਨ ਹੈਗੇ ਨੇ ਵੈਜੀਟੇਟਿਵਲੀ ਪ੍ਰੋਪਿਗੇਟਿਡ ਆਰਗਨਿਜ਼ਮ ਦਾ ਕਰੈਕਟਰਿਸਟਿਕ ਹੀ ਇਹ ਹੈ ਕਿ ਉਹ ਜੈਨੇਟਿਕਲੀ ਸਿਮਿਲਰ ਨੇ ਸੋ ਇਹ ਆਪਣਾ ਲਾਸਟ ਕੁਐਸਚਨ ਸੀ ਜਿਹੜਾ ਕਿ 66% ਸਟੂਡੈਂਟਸ ਨੇ ਸਹੀ ਕੀਤਾ ਹੈ ਸੋ ਬੇਟਾ ਮੇਰਾ ਇਸ ਵੀਡੀਓ ਨੂੰ ਬਣਾਉਣ ਦਾ ਇੱਕੋ ਇੱਕ ਮੋਟਿਵੇਸ਼ ਸੀ ਕਿ ਇਨ੍ਹਾਂ 16 ਕੁਐਸਚਨਸ ਦੇ ਵਿੱਚੋਂ ਜਾਂਦਾ ਜਾਂਦਾ ਮੈਂ ਤੁਹਾਨੂੰ ਉਹ ਸਾਰਾ ਚੈਪਟਰ ਕਵਰ ਕਰਵਾ ਜਾ ਜਿਹੜਾ ਮੈਂ 4 ਲੈਕਚਰਸ ਦੇ ਵਿੱਚ ਕਰਵਾਇਆ ਸੀ ਸੋ ਮੈਂ ਕੋਸ਼ਿਸ਼ ਕੀਤੀ ਹੈ ਤੁਹਾਨੂੰ ਸਾਰਾ ਲੈਕ ਚੈਪਟਰ ਰਿਵਾਈਜ਼ ਕਰਵਾਉਣ ਦੀ ਇਨ੍ਹਾਂ ਕੁਐਸਚਨਸ ਦੇ ਥਰੂ ਸੋ ਜਿਹੜੇ ਸਟੂਡੈਂਟਸ ਇਹ ਗਲਤ ਹੋਏ ਐ ਤਾਂ ਧਿਆਨ ਰੱਖਣ ਅੱਗੇ ਤਾਂ ਤੇ ਹੁਣ ਆਪਣੀ ਯੂਨਿਟ 2 ਚੱਲ ਰਹੀ ਐ ਯੂਨਿਟ 2 ਤੋਂ ਬਾਅਦ ਵਿੱਚ ਯੂਨਿਟ 2 ਦੇ ਵੀ ਜਿਹੜੇ ਚੈਪਟਰ ਦਾ ਪਹਿਲੇ ਦਾ ਆਪਾਂ ਟੈਸਟ ਲਵਾਂਗੇ ਮੈਂਡਲਿਜ਼ਮ ਸਾਡਾ ਕੁਝ ਟਾਈਮ ਦੇ ਵਿੱਚ ਹੀ ਖਤਮ ਹੋਣ ਵਾਲਾ ਪਹਿਲਾਂ ਮੈਂਡਲਿਜ਼ਮ ਦੇ ਵਿੱਚੋਂ ਟੈਸਟ ਹੋਊਗਾ ਤਾਂ ਬੇਟਾ ਇਸ ਕਰਕੇ ਨਾਲ ਦੀ ਨਾਲ ਵੀਡੀਓ ਸੁਣੋ ਬਾਅਦ ਦੇ ਵਿੱਚ ਇਕੱਠਾ ਕੰਮ ਹੋ ਜਾਂਦਾ ਸੁਣਿਆ ਨਹੀਂ ਜਾਂਦਾ ਤੇ ਜੇ ਆਪਾਂ ਬਿਨਾਂ ਪੜ੍ਹੇ ਤੂੰ ਬਿਨਾਂ ਬੁੱਕ ਚੱਕੇ ਤੂੰ ਬਿਨਾਂ ਲੈਕਚਰ ਸੁਣੇ ਤੂੰ ਟੈਸਟ ਦਵਾਂਗੇ ਤਾਂ ਇਹੋ ਜਿਹਾ ਹਾਲ ਹੀ ਹੋਣਾ ਹੈ ਜਿਹੜਾ ਹਾਲ ਜਿਹੜਾ ਹੈਗਾ ਆਪਾਂ ਦੇਖ ਰਹੇ ਹਾਂ ਕਿ ਇੰਨੇ ਨੇ ਪਰਸੈਂਟ ਸਟੂਡੈਂਟਸ ਜਿਹੜੇ ਹੈਗੇ ਨੇ ਡਾਟਾ ਤੁਹਾਡੇ ਸਾਹਮਣੇ ਹੈ ਇਹ ਪੰਜਾਬ ਭਰ ਦੇ ਸਟੂਡੈਂ 133 ਸਟੂਡੈਂਟਸ ਦਾ ਇਹ ਪੇਪਰ ਸੀਗਾ ਸੋ ਜਿਨ੍ਹਾਂ ਨੇ ਦਿੱਤਾ ਹਜੇ ਇਹ ਓਪਨ ਹੈ ਜਿਹੜੇ ਸਟੂਡੈਂਟਸ ਨੇ ਦਿੱਤਾ ਉਹ ਦੁਬਾਰਾ ਦੇ ਸਕਦੇ ਜਿਨ੍ਹਾਂ ਦੀਆਂ ਗਲਤੀਆਂ ਹੋਈਆਂ ਨੇ ਉਹ ਦੁਬਾਰਾ ਵੀ ਲੈਕਚਰ ਸੁਣ ਕੇ ਆਪਣਾ ਰਿਸਪਾਂਸ ਸਬਮਿਟ ਕਰ ਸਕਦੇ ਆ ਥੈਂਕ ਯੂ ਬੱਚਾ